गुरु साहब कहते कीती तू ते दसा मैं कीती तू कमाल दी गल सब्जी तू जिहड़ी खा गया मैं दसा तेनू पता तू की खाता अज तेनू पता तू गलती की कीती अगर कहन लगा नहीं महाराज मैं ते गलती कोई नहीं कीती फिर महाराज पाछा कहन लगे जो तू कल चोर कर रहा सर तेरे दाड़े विच एक केस चिट्टा सी अज किथे ही एक केस चिट्टा ओ किथे ही हुण अखां नीवियां होईयां साहब कहन लगे दस छेती कर संगत विच ओह केस चिट्टा किथे ही धौला किथे ही महाराज मैं क्यों कुटता धौला कुट दिता महाराज कहते एक धौला कुटिया ही हुण तू चोर नहीं कर सकता असीं किन्नियां ते बुरश फेरदे रोज छपा दिंदे गुरु दा प्यार गुरु दा सत्कार एक वचन तुसीं बड़े प्यार नाल कहिंदे मेरे राम राय ज्यों राखे बड़ा झूमदे हो इन्हां शब्दां ते मगर कह की रहे हो यह तां समर्पित है ये शब्द तां बिलकुल डिग पैणदे ने अभी भी सौधरी की ठप आखो सतनाम श्री कट के बोलो सतनाम श्री माफ कर देना हो सकता सब ते जुड़ी हो आखो वाहेगुरु मेरे राम राय ज्यों राखे यह शब्द ते तुसीं बड़ा पढ़िया भाई अमरजीत सिंह तान ने पढ़िया सी सारिया गड्डिया सारे थावां ते लोकी पढ़ने रहे मेरे राम राय ज्यों राखे मगर कह की रहे हो ਇਹ ਵੀ ਤੇ ਵੇਖੋ ਨਾ ਜਿਉਂ ਰੱਖੇ ਤੂੰ ਕਾਲੇ ਤੇ ਰੱਖਿਆ ਮੈਂ ਕਾਲੇ ਚ ਰਿਹਾ ਆਨੰਦ ਤੇ ਤਾਂ ਜੇ ਚਿੱਟੇ ਆਏ ਤੇ ਤਾਂ ਵੀ ਆਖੇ ਮੇਰੇ ਰਾਮ ਰਾਏ ਜਿਉਂ ਰੱਖੇ ਮਹਾਰਾਜ ਜੇ ਕਾਲੇ ਸੀ ਤੇ ਤਾਂ ਰਿਹਾ ਹੁਣ ਚਿੱਟੇ ਆ ਸਭ ਨੇ ਤੇ ਬੁਰਸ਼ ਫੇਰੇ ਕਰਨ ਕੀ ਗੁਰੂ ਬਾਂਹ ਕਿਹਦੀ ਪੜੇ ਜਿੰਨੇ ਕੱਟਣੇ ਪਾਪ ਨੇ ਕੁੱਟਣੇ ਪਾਪ ਨੇ ਓਨੇ ਹੀ ਰੰਗਣੇ ਪਾਪ ਕਰਾਂ ਕੀ ਗੁਰੂ ਦੇ ਸਿੱਖੋ ਆਓ ਮੇਰੇ ਸਾਹਿਬ ਨੂੰ ਪੁੱਛੀਏ ਮਹਾਰਾਜ ਕਿਹੜਾ ਮੂੰਹ ਲਿਖ ਕੇ ਤੁਹਾਡੇ ਦਰ ਤੇ ਆਈਏ ਇਹਨੇ ਕਹਿਤ ਕਬੀਰ ਸੁਣੋ ਰੇ ਸੰਤੋ ਬੋਲੋ ਕਹਿਤ ਕਬੀਰ ਸਾਧ ਸੰਗਤ ਦਰ ਆ ਸੰਗਤ ਵਿੱਚ ਬਹਿ ਕੇ ਨਾਮ ਜਪਣ ਵਾਲਾ ਦਰ ਜਾਂਦਾ ਹੈ ਜਿਹੜਾ ਸੰਗਤ ਕਰਦਾ ਹੈ ਜਿਹੜਾ ਸਿੱਖੀ ਦੀ ਰਹਿਤ ਮਰਯਾਦਾ ਚ ਪੂਰਾ ਰਹਿੰਦਾ ਹੈ ਕਦੀ ਗੁਰਸਿੱਖੋ ਰਹਿਤ ਮਰਯਾਦਾ ਪੜੋ ਮੇਰੀ ਉਹ ਧੀਓ ਰਹਿਤ ਮਰਯਾਦਾ ਪੜੋ ਸੋ ਸਿੱਖ ਸਖਾ ਬੰਧਪ ਹੈ ਭਾਈ ਬੋਲੋ ਸੋ ਬੱਚੀਆਂ ਬੱਚਿਆਂ ਦੇ ਵਿਆਹ ਕਰਦੇ ਹੋ ਬਾਬੇ ਨਾਨਕ ਦੇ ਸਿੱਖੋ ਬਾਬੇ ਨਾਨਕ ਨੇ ਸੋਚੋ ਜਦੋਂ ਆਪਣੇ ਬੱਚਿਆਂ ਦੇ ਆਨੰਦ ਕਾਰਜ ਗੁਰੂਆਂ ਨੇ ਕੀਤੇ ਹੋਣਗੇ ਇਤਨਾ ਹੀ ਕੀਤੇ ਹੋਣਗੇ ਜਿਤਨਾ ਤੁਸੀਂ ਕਰਦੇ ਹੋ ਆਖੋ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਸੇਧ ਲੈਣੀ ਆ ਕਿ ਦਸ ਜਾਮਿਆਂ ਵਿੱਚ ਗੁਰੂ ਸਾਡੇ ਨਾਲ ਰਹਿ ਕੇ ਵਪਾਰ ਕਿਤਰਾ ਕਰਨਾ ਹੈ ਦੱਸ ਗਿਆ ਖੇਤੀਬਾੜੀ ਕਿਤਰਾ ਕਰਨੀ ਦੱਸ ਗਿਆ ਨਾਮ ਕਿਤਰਾ ਕਰਨ ਜਪਣਾ ਹੈ ਦੱਸ ਗਿਆ ਧੀਆਂ ਕਿਤਰਾ ਵਿਆਹਣੀਆਂ ਦੱਸ ਗਿਆ ਪੁੱਤਰ ਕਿਤਰਾ ਵਿਆਹੁਣੇ ਦੱਸ ਗਿਆ ਮਗਰ ਕਮਾਲ ਦੀ ਗੱਲ ਆ ਸਿੱਖਾ ਤੇਰਾ ਤਾਂ ਕਰੋੜਾਂ ਮੀਲ ਦਾ ਫਾਸਲਾ ਪੈ ਗਿਆ ਗੁਰੂ ਨਾਲੋਂ ਤੂੰ ਤਾਂ ਕਹਿੰਦਾ ਮੈਂ ਜੀ ਕੁੜਮ ਖੁਸ਼ ਕਰਦੇ ਨੇ ਅੱਜ ਜਦੋਂ ਸੀਤਾਪੁਰ ਮੇਰੇ ਨਾਲ ਭਾਈ ਹਰਬੰਦ ਸਿੰਘ ਸੀ ਅਸੀਂ ਇੱਕ ਸਿੱਖ ਨੂੰ ਤਰਲਾ ਪਾਉਂਦੇ ਰਹੇ ਪਰਸੋਂ ਪੁੱਤ ਦਾ ਵਿਆਹ ਅੱਜ ਅੰਮ੍ਰਿਤ ਦਾ ਵਾਟਾ ਤਿਆਰ ਹੋ ਗਿਆ ਮੈਂ ਕਿਹਾ ਚੜ ਜਾ ਸੀਤਾਪੁਰ ਕਦੀ ਅੰਮ੍ਰਿਤ ਸੰਚਾਰ ਨਹੀਂ ਹੋਇਆ ਵੇਖ ਗੁਰੂ ਨੇ ਕਰਮ ਖੁੱਲੇ ਆ ਥੋੜੇ ਦਿਨ ਉੱਥੋਂ ਹੀ ਆਇਆ ਵੇਖ ਗੁਰੂ ਨੇ ਕਰਮ ਖੋਲੇ ਵਾਟਾ ਅੰਮ੍ਰਿਤ ਦਾ ਤਿਆਰ ਹੋਣ ਲੱਗਾ ਕਹਿਣ ਲੱਗਾ ਕਰਾਂ ਕੀ ਪੇਟੀਆਂ ਸ਼ਰਾਬ ਦੀਆਂ ਲਿਆ ਕੇ ਘਰ ਰੱਖ ਲਈਆਂ ਬਾਬਾ ਇਹਦਾ ਕੀ ਬਣਨਾ ਇੱਕ ਵਾਰ ਪੁੱਤਾਂ ਦਾ ਵਿਆਹ ਵੀ ਕਰਕੇ ਪੇਟੀਆਂ ਮੁਕਾ ਲਈਏ ਪੀ ਲਾਂਗੇ ਅੰਮ੍ਰਿਤ ਛਕ ਲਾਂਗੇ ਆਖੋ ਵਾਹਿਗੁਰੂ ਮੈਂ ਕਿਹਾ ਕਿਉਂ ਆਖੋ ਵਾਹਿਗੁਰੂ ਮੈਂ ਕਿਹਾ ਕਿਉਂ ਪੀਣੀ ਹੂੰ ਕਹਿੰਦਾ ਜੀ ਪਹਿਲੀ ਵਾਰ ਕੁੜਮ ਆਉਣੇ ਨੇ ਰਿਸ਼ਤੇਦਾਰ ਆਉਂਦੇ ਆ ਭਰਵਈਏ ਆਉਣੇ ਰਿਸ਼ਤੇਦਾਰ ਨਾਰਾਜ਼ ਨਾ ਕਿਤੇ ਹੋ ਜਾਣ ਮੈਂ ਕਿਹਾ ਕਦੀ ਠੰਡੇ ਦਿਮਾਗ ਨਾਲ ਸੋਚੀ ਕਲਗੀਆਂ ਵਾਲਾ ਕਿਤੇ ਨਾਰਾਜ਼ ਨਾ ਹੋ ਜਾਏ ਇੱਕ ਸੱਜਣ ਸਭ ਸੱਜਣਾ ਬੋਲੋ ਇੱਕ ਬੋਲੋ ਇੱਕ ਸੱਜਣ ਇੱਕ ਵੈਰੀ ਸਭ ਵਾਦ ਇੱਕ ਵੈਰੀ ਤੈਨੂੰ ਇਹ ਡਰ ਨਹੀਂ ਹੁੰਦਾ ਇਹ ਘਰ ਤੈਨੂੰ ਕਿਸੇ ਰਿਸ਼ਤੇਦਾਰ ਨੇ ਦਿੱਤਾ ਹੈ ਜਿਨ੍ਹਾਂ ਦੀ ਪਰਵਾਹ ਕਰਦਾ ਹੈ ਇਹਨਾਂ ਦੇ ਵਸਦਾ ਰੋਗ ਵੇ ਤੇਰੇ ਘਰ ਨੂੰ ਖੋਲਣ ਆਖੋ ਵਾਹਿਗੁਰੂ ਇਹ ਜਿਹੜੇ ਤੇਰੇ ਭੈਣ ਭਰਾ ਵਾ ਨਾ ਜੇ ਕਦੀ ਤੂੰ ਇਹਨਾਂ ਦੇ ਸਾਰੇ ਜਿਨ੍ਹਾਂ ਨੂੰ ਕਹਿੰਦਾ ਨਾਰਾਜ਼ ਨਾ ਹੋ ਜਾਣਾ ਇਹਨਾਂ ਦਾ ਤਾਂ ਲੱਗੇ ਤੈਨੂੰ ਜਿਉਂਦਿਆਂ ਖਾ ਜਾਣਾ ਤੇਰਾ ਰਾਖਾ ਗੁਰੂ ਆ ਜਿਹਦੀ ਤੂੰ ਪਰਵਾਹ ਨਹੀਂ ਕਰਦਾ ਤੂੰ ਆਖ ਮੇਰਾ ਸਾਰਾ ਸਮਾਜ ਮੇਰੇ ਨਾਲੋਂ ਨਾਰਾਜ਼ ਹੋ ਜਾਏ ਮੇਰਾ ਗੁਰੂ ਗ੍ਰੰਥ ਸਾਹਿਬ ਮੇਰੇ ਤੋਂ ਨਾਰਾਜ਼ ਨਾ ਹੋਵੇ ਮਗਰ ਤੂੰ ਵਿਆਹਾਂ ਵਿੱਚ ਉਹ ਆਪਣੀਆਂ ਮਨ ਮਰਜ਼ੀਆਂ ਕਰਦਾ ਹੈ ਧੀਆਂ ਨੂੰ ਸ਼ਰਕਾਂ ਤੇ ਨਚਾਉਣਾ ਹੈ ਮਾਸ ਮੁਰਗੇ ਮੱਛੀ ਅੰਡੇ ਸ਼ਰਾਬਾਂ ਦਾਜ ਵਰੀਆਂ ਸੋਨੇ ਕਾਰਾਂ ਕਿਧਰ ਤੋਂ ਸਿੱਖਾਂ ਵੀ ਤੂੰ
अपने आप पुछते सी सेखे काम कर दिया या पुछ किते जाके अखंड कीर्तनी जथे वालिया नू या पुछ गुरु के प्यार वालिया नूहां नू कितना व्याह करी दा है आखो वाहेगुरु सारी रात कीर्तन हुंदा है रात नू आनंद कारज पढ़िया जांदा है दोवें परिवार कट्ठे बैठ के लंगर छकदे वो अपने घर नू वाहेगुरु वाहेगुरु करदे तुर जांदे वो अपने घर नू तुर जांदे वो भी सिख गुरु उहनां नू शाबाश जे दो वो पैसे खर्चन नू नहीं वो पैसे जिन्ने शराबां ते डाउणा है करना किसी गरीब की बच्ची का व्याह बना देना किसी नेत्रहीन दियां अखां करा दे जिहदी किडनी नहीं हैगी उहदा आपरेशन लै दे दवाइयां किसी गरीब नू ओ सिखा पागल ना हो गुरु दी रजा च आ आपन भाणे जो चले भाई ओ विछड़ फिर बोलो ओ विछड़ विछड़ के अज जोटा खा रहे दुखियां क्योंकि आपां गुरु दे रूट तो उतर गए गुरु दे राह तो उतर गए हर के दास सुहेले भाई बोलो हर के जेहड़े गुरु के प्यारे ने ओ सुखी ने अज भी वेख्या मैं कई विचार अधीन बच्चे एक बच्चा आउंदा है ना सेरे बांधे ने ना घोड़ी ते चढ़दे ने ना गाने बांधे ने हाथ सिरसा पड़िया उधर धी वाले आए गुरु साहब की जुरी च चार लावां पड़िया अरदास कीती दवाड़ियां ने गुरु का लंगर बनाया लंगर बना के बच्ची शब्द पढ़दी आ बच्चा शब्द पढ़ता है देखो गुरु किन्ना खुश हो रहा गुरु बलहार जा रहा उन्हां सिखां तों जेड़े गुरु दे पाने च चलते मैं उन्हां तो हौ कुरबाने जाऊ मेहरबाना हौ कुरबाने जाओ हौ कुरबाने जाऊ तना के लैण जो तेरा नाम तना के सद कुरबाने जाओ तेरे व्याहां च अद्धे बंदे सड़क ते डिगे हुंदे हाथ जोड़ के बेनती अज इधर मुड़ो थाल विच तिन सत संगत विच तरेगा ए गुरु दी वस्तु पई चुक सच नूं कबूल कर तीन चीजा ने सत संतोख विचार इन्हां तिना चीजा नाल ढिड भर ला जे को खावे जे ए चीजा खाएगा परोसेगा अंदर पजावेगा फिर तिसका होए वधारो मगर ए गल्ला ए नहीं भी एक दिन ली तो ए वस्त तरी रह जाए ए वस्तु छड़न वाली नहीं हो ए वस्तु जिंदगी भर नभाउण वाली हो एक सिख कहता श्री आखो सतनाम श्री सिख हो के जीवना बड़ा सौखा है ध्यान दे ओदी अपनी सोच से सिख हो के जीवना बड़ा सौखा मगर सिख हो के मरना बड़ा औखा जिदन मरो जिदन अखा मिटो ते लोकी कोल खलो के आखन भाई ने सारी जिंदगी सिखी जिन पाई जिदन अखा मिटिया जान ते लोकी की गल्ला करन इन्हें सारी जिंदगी सिखी जिन पाई जिदन तुहानू ए सर्टिफिकेट दुनिया दे दे गुरु घर ना लाओ वाहेगुरु संगत दी रब मगर असि किधर मन तुर पाए ये तीन चीजा चुको सत संतोख गुरु ग्रंथ साहब का 300 साल मेरे सतगुरु गरीब नवाज का आप जी बना रहे मैं इन्ना रुपये जनाब जी ने करना चाहना भी जेडे आप कहने की इस दिन गुरगद्दी दिती गुरगद्दी समझ लो थोड़ा जा हूं सुचेत हो जाओ आप 5 मिनट वजन करने गुरगद्दी किन्ने नहीं प्यारे हो वो तो दिन असि पहलो तो ये गुरु आ पहले जमने च जो सिद्धा ने पूछा शब्द गुरु तीसरे जामे च आख्या जी गुरु कौन आ कहिंदे वाह वाह बाणी दा अंकार है बाणी गुरु आ चौथे जामे च पुछा जी गुरु कौन आ कहिंदे बाणी गुरु तेरहवीं श्राद बाबे नानक का भी करता आखो वाह दिल्ली दे विच हुण लोकी जागरूक होए ने विद्वाना रौला पाया नहीं ते नानक प्यो जिदन आखरी श्राद हुंदा सी इश्तिहारां दे उत्ते लिखिया हुंदा सी ऐनी तरीक नूं बाबे नानक दा श्राद आखो वाहेगुरु लग सदा करो 2 मिनट लई वाहेगुरु बाबे नानक
ਤੇ ਬਾਬਾ ਨਾਨਕ ਤੇ ਮਰਿਆ ਹੀ ਨਹੀਂ। ਬਾਬਾ ਨਾਨਕ ਤੇ ਪਹਿਲੇ ਜਾਮੇ ਚੋਂ ਉੱਠ ਕੇ ਦੂਸਰੇ ਚ ਚਲੇ ਗਿਆ, ਦੂਸਰੇ ਚੋਂ ਤੀਸਰੇ ਚੋਂ ਚੌਥੇ, ਚੌਥੇ ਚੋਂ ਪੰਜਵੇਂ, ਪੰਜਵੇਂ ਚੋਂ ਛੇਵੇਂ, ਛੇਵੇਂ ਤੋਂ ਸੱਤਵੇਂ, ਸੱਤਵੇਂ ਤੋਂ ਅੱਠਵੇਂ, ਅੱਠਵੇਂ ਤੋਂ ਨਾਵੇਂ, ਨਾਵੇਂ ਤੋਂ ਦਸਵੇਂ, ਫਿਰ ਨਾਨਕ ਲੀਨ ਭਇਓ। ਉਹ ਨਾਵੇਂ ਤੋਂ ਯਾਤਰਾ ਕਰਕੇ ਗੋਬਿੰਦ ਵਿੱਚ ਭੇਦ ਹੋ ਗਿਆ, ਜਿਉਂਦਾ ਜਾਗਦਾ ਬਾਬਾ ਨਾਨਕ ਬੈਠਾ ਹੈ ਗੁਰੂ ਗ੍ਰੰਥ ਸਾਹਿਬ। ਤੇ ਸਾਧ ਕਿਹਨਾਂ ਦੇ ਕਰੀ ਦੇ, ਜਿਉਂਦਿਆਂ ਦੇ, ਮਰਿਆਂ ਦੇ? ਅਜੇ ਸਾਨੂੰ ਇਹ ਵੀ ਪਤਾ ਨਾ ਲੱਗਾ ਅਸੀਂ ਬਾਬੇ ਨਾਨਕ ਦੇ ਵੀ ਸਰਾਧ ਕਰੀ ਦੇ। ਆਹ ਵੀ ਗੱਲ ਅਸੀਂ ਰਿਪੀਟ ਕਰੀ ਜਾਂਦੇ ਹਾਂ, ਆਖੋ ਵਾਹਿਗੁਰੂ। ਆਹ ਵੀ ਗੱਲ ਅਸੀਂ ਰਿਪੀਟ ਕਰੀ ਜਾਂਦੇ ਕਿ 300 ਸਾਲ ਹੋ ਗਏ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ। ਕਿਉਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਕਿੰਨੇ ਦਿਨੀ? ਉਹ ਤਾਂ ਧੁਰ ਤੋਂ ਪਹਿਲਾਂ ਹੀ ਗੁਰੂ ਆ, ਆਖੋ ਵਾਹਿਗੁਰੂ। ਪਹਿਲੇ ਜਾਮੇ ਚ ਮੰਨਣ ਡਿਆ ਵੀ ਸ਼ਬਦ ਗੁਰੂ ਆ, ਉਹ ਤੇ ਪਹਿਲਾਂ ਤੋਂ ਆਜ ਗਾਜ ਬਾਣੀ ਵੱਜੀ ਚੌਂ ਜੁਗੀ, ਬਾਣੀ ਵੱਜੀ ਚੌਂ ਜੁਗੀ, ਇੱਥੇ ਚੌਂ ਜੁਗਾਂ ਵਿੱਚ ਬਾਣੀ ਪ੍ਰਗਟਾ। ਇਹਦੇ ਆਜ ਜੁਗਾ ਤੋਂ ਆਜ ਸੱਤ ਜੁਗਾ ਸੱਚ ਹੈ ਵੀ ਸੱਚ। ਇੱਕ ਬਚਨ ਤੁਸੀਂ ਹੋਰ ਪੜਿਓ, ਵੇਖਿਆ ਹੋ ਤੁਸੀਂ ਘਰਾਂ ਵਿੱਚ ਤਸਵੀਰਾਂ ਲੱਗੀਆਂ, ਆਖੋ ਵਾਹਿਗੁਰੂ। ਤੇ ਤਸਵੀਰ ਲੱਗੀ ਦੇ ਵਿੱਚ ਵੇਖਿਆ 10 ਪਾਤਸ਼ਾਹੀਆਂ ਦੀ ਫੋਟੋ ਬਣਾ ਕੇ, ਤੇ ਉਹਨਾਂ ਦੇ ਹੱਥਾਂ ਵਿੱਚੋਂ ਲਾਈਟ ਗੁਰੂ ਗ੍ਰੰਥ ਸਾਹਿਬ ਪੈ ਰਹੀ। ਵੇਖੀਆਂ ਹੋਣਗੀਆਂ ਫੋਟੋ, ਸਾਰੇ ਵੇਖੀਆਂ, ਸਾਰੇ ਕਰ ਰਹੇ ਹੋ, ਵੇਖੀਆਂ ਨਾ ਫੋਟੋ, ਕੀ ਉਹ ਸੱਚ? ਆਖੋ ਵਾਹਿਗੁਰੂ। ਕੀ ਉਹ ਸੱਚ ਆ ਵੀ ਸਰੀਰਾਂ ਚੋਂ ਜੋਤ ਸ਼ਬਦ ਵਿੱਚ ਪੈਣ ਡਈ ਕਿ ਸ਼ਬਦ ਵਿੱਚੋਂ ਜੋਤ ਸਰੀਰ ਚ ਪੈ ਰਹੀ? ਕਦੀ ਨੀ ਸੋਚੋਗੇ, ਕਦੀ ਨੀ ਵਿਚਾਰਵਾਰ ਹੋ ਗਏ ਕਿ ਸ਼ਬਦ ਵਿੱਚੋਂ ਜੋਤ ਸਰੀਰ ਵਿੱਚ ਜਾਂਦੀ? ਆਖੋ ਵਾਹਿਗੁਰੂ। ਸ਼ਬਦ ਮੂਲ, ਸ਼ਬਦ ਤੋਂ ਹੀ ਮੂਲ ਬਣਿਆ, ਸ਼ਬਦ ਹੀ ਮੂਲ ਆ। ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦੇ ਕੀ ਆ ਘੱਟ ਘੱਟ ਪ੍ਰਕਾਸ਼। ਸ਼ਬਦ ਮੂਲ ਹੈ ਨਾ ਕਿ ਸਰੀਰ ਮੂਲ ਆ। ਸਰੀਰ ਵਿੱਚ ਸ਼ਬਦ ਵਿੱਚੋਂ ਜੋਤ ਗਈ, ਮਗਰ ਲੋਕਾਂ ਨੇ ਇਹ ਫੋਟੋ ਵੀ ਬਣਾਈ ਤੇ ਅਸੀਂ ਵੇਖੀ। ਕਦੀ ਕਿਸੇ ਨੇ ਸੋਚਿਆ ਹੀ ਨਾ ਕਿ ਸਰੀਰ ਵਿੱਚੋਂ ਜੋਤ ਨਹੀਂ ਪੈ ਰਹੀ, ਸ਼ਬਦ ਵਿੱਚੋਂ ਸਰੀਰ ਵਿੱਚ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਇਸ ਤੇ ਚਾਨਣ ਸਭ ਮੈਂ ਚਾਨਣ। ਸਰੀਰ ਵਿੱਚ ਵਗੀ ਪਹਿਲੇ ਚੋਂ, ਤੇ ਪਹਿਲੇ ਚੋਂ ਉਹ ਜੋਤ ਉੱਠ ਕੇ ਬਾਬੇ ਨਾਨਕ ਦੀ ਦੂਸਰੇ ਵਿੱਚ ਚਲੇ ਗਈ। ਤੇ ਭਾਈ ਗੁਰਦਾਸ ਜੀ ਕੀਤਾ, ਦਿੱਤਾ ਛੱਡ ਕਰਤਾਰਪੁਰ, ਬੋਲੋ ਦਿੱਤਾ, ਸਰੀਰ ਨੇ ਨਹੀਂ ਛੱਡਿਆ, ਸਰੀਰ ਉੱਥੇ ਹੀ ਬਾਬੇ ਨਾਨਕ ਦਾ ਰਿਹਾ, ਮਗਰ ਜਿਹੜੀ ਜੋਤ ਸੀ ਬਾਬੇ ਨਾਨਕ ਦੀ ਉਹਨੇ ਦਿੱਤਾ ਛੱਡ ਕਰਤਾਰਪੁਰ ਵਿੱਚ ਖਡੂਰੇ ਜੋਤ ਜਗਾਈ। ਉਹ ਜੋਤ ਆਣ ਕੇ ਖਡੂਰ ਸਾਹਿਬ ਜਗ ਪਈ, ਫਿਰ ਉਹ ਜੋਤ ਗੋਂਦਵਾਲ ਜਗ ਪਈ, ਉਹ ਜੋਤ ਫਿਰ ਜਦੋਂ ਉੱਥੇ ਰਹੀ, ਫਿਰ ਤੁਸੀਂ ਆਖਿਆ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਪੂਰਨ ਤਾਲ ਖਟਾਇਆ ਫਿਰ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਉਹ ਜੋਤ ਉੱਥੇ ਜਗੀ, ਕਮਾਲ ਦੀ ਗੱਲ, ਅਸੀਂ ਸਰੀਰ ਨੂੰ ਫੜ ਕੇ ਬੈਠੇ। ਜੇ ਤੁਸੀਂ ਕਦੀ ਇਹ ਬਚਨ ਗੁਰੂ ਕੇ ਸਿੱਖੋ ਪਕੜਦੇ ਹੋ ਕਿ ਸਾਡੇ ਘਰ ਵਿੱਚ ਦੇਹ ਕਦੀ ਗੁਰੂ ਹੋਈ ਨਹੀਂ, ਸਰੀਰ ਗੁਰੂ ਕਦੀ ਹੋਇਆ ਹੀ ਨਹੀਂ, ਤੇ ਅੱਜ ਰਾਧਾ ਸਵਾਮੀ ਨਾ ਹੁੰਦੇ, ਅੱਜ ਨਿਰੰਕਾਰੀ ਨਾ ਹੁੰਦੇ, ਅੱਜ ਸੰਸੇ ਵਾਲੇ ਨਾ ਹੁੰਦੇ। ਇਹਨਾਂ ਲੋਕਾਂ ਨੇ ਤੁਹਾਨੂੰ ਆਖਿਆ ਕਿ ਜੇ ਗੁਰੂ ਨਾਨਕ ਦੇਹ ਵਿੱਚ ਗੁਰੂ ਸੀ ਤੇ ਸਾਡਾ ਬਾਬਾ ਵੀ ਗੁਰੂ ਆ। ਜੇ ਤੁਹਾਨੂੰ ਕਦੀ ਇੰਨਾ ਗਿਆਨ ਗੁਰੂ ਨਾਨਕ ਪਾਤਸ਼ਾਹ ਦੇ ਸਿੱਖਾਂ ਨੂੰ ਮੇਰਾ ਗੁਰੂ ਗ੍ਰੰਥ ਸਾਹਿਬ ਬਖਸ਼ ਦਿੰਦਾ ਕਿ ਇਸ ਘਰ ਵਿੱਚ ਸ਼ਬਦ ਗੁਰੂ ਆ ਸਾਰੇ, ਆਖੋ ਵਾਹਿਗੁਰੂ। ਬਸ ਇੰਨਾ ਲਿਆ ਕਰੋ, ਗੱਜ ਕੇ ਆਖੋ ਵਾਹਿਗੁਰੂ। ਮੈਂ ਸਮਾਪਤੀ ਕਰ ਦੇਣਾ, ਮੈਨੂੰ ਮੇਰੇ ਵੀਰ ਜੀ ਦਾ ਕੱਲ ਦਾ ਹੁਕਮ ਸੀ, ਬਸ ਸਵਾ ਟਾਈਮ ਲਾਉਣਾ। ਨਦੀ ਨਾਮ ਸਹਿਯੋਗੀ ਮਿਲੇ ਨੇ, ਇੱਥੋਂ ਤੁਰਿਆ ਪਤਾ ਨੀ ਹੁਣ ਕਦੀ ਮੇਲ ਹੋਣੇ ਕਿ ਨਹੀਂ, ਇੱਥੇ ਤਾਂ ਕੋਈ ਪਤਾ ਨੀ, ਆਖੋ ਵਾਹਿਗੁਰੂ। ਮਗਰ ਅਸੀਂ ਉਸ ਵਚਨ ਨੂੰ ਫੜਿਆ ਹੀ ਨਾ ਕਿ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਘਰ ਵਿੱਚ ਸਰੀਰ ਕਦੀ ਗੁਰੂ ਨਹੀਂ, ਸ਼ਬਦ ਗੁਰੂ ਹੈ। ਕੀ ਹੈ? ਸ਼ਬਦ ਗੁਰੂ ਆ। ਉਹਨਾਂ ਦੇ ਵਿੱਚ ਜਿਹੜਾ ਸਰੀਰਾਂ ਦੇ ਵਿੱਚ ਸ਼ਬਦ ਚੱਲ ਰਿਹਾ ਸੀ, ਅਸੀਂ ਉਹਦੇ ਪਾਤਸ਼ਾਹ ਹਾਂ, ਨਾ ਕਿ ਕਿਸੇ ਪੰਜ ਭੂਤਕ ਸਰੀਰ ਦੇ। ਪੰਜ ਭੂਤਕ ਸਰੀਰ ਜੰਮਦਾ ਹੈ, ਪੰਜ ਭੀਤਕ ਸਰੀਰ ਮਰਦਾ ਹੈ, ਤੇ ਜਿਹੜਾ ਜੰਮਦਾ ਤੇ ਮਰਦਾ ਹੈ ਉਹ ਗੁਰੂ ਨਹੀਂ ਹੁੰਦਾ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ, ਗੁਰੂ ਦੀ ਪਰਿਭਾਸ਼ਾ ਹੈ, ਗੁਰੂ ਨਾ ਆਉਂਦਾ ਹੈ ਤੇ ਨਾ ਗੁਰੂ, ਤੇ ਸਰੀਰ ਆਉਂਦੇ ਨੇ ਤੇ ਸਰੀਰ ਚਲੇ ਜਾਂਦੇ ਨੇ। ਇਸ ਘਰ ਵਿੱਚ ਸ਼ਬਦ ਗੁਰੂ ਹੈ, ਜਿਹੜਾ ਆਦ ਸੱਚ ਹੈ ਵੀ ਸੱਚ। ਤੁਸੀਂ ਹੁਣ ਸਵਾਲ ਨਾ ਮਨ ਵਿੱਚ ਲੈ ਕੇ ਚਲੇ ਜਾਣਾ ਕਿ 300 ਸਾਲ ਪਹਿਲਾਂ ਫਿਰ ਗੁਰੂ ਗੋਬਿੰਦ ਸਿੰਘ ਨੇ ਕੀ ਕੀਤਾ? ਆਖੋ ਵਾਹਿਗੁਰੂ। ਆਖਿਆ ਜੀ ਆਦ ਅੰਤ ਇੱਕ ਅਵਤਾਰ, ਬੋਲੋ ਆਦ ਅੰਤ। ਆਦ ਤੋਂ ਜੁੜਿਆ ਸ਼ਬਦ ਗੁਰੂ ਸੀ। ਅੱਜ 10 ਜਾਮਿਆਂ ਦੇ ਵਿੱਚੋਂ ਯਾਤਰਾ ਕਰਕੇ ਬੰਦਿਆਂ ਨਾਲ ਬੰਦਿਆਂ ਵਾਂਗ ਗੱਲਾਂ ਕਰਕੇ ਸਮਝਦੇ ਹੋ, ਬੰਦੇ ਨੂੰ ਬੰਦੇ ਦੀ ਜ਼ਬਾਨ ਚ ਸਮਝਾ ਕੇ
ਦਸਾਂ ਜਾਮਿਆਂ ਦੀ ਯਾਤਰਾ ਕਰਕੇ ਅੱਜ ਉਹ ਜਿਹੜੇ ਸ਼ਬਦ ਗੁਰੂ ਦੀ ਗੁਰਿਆਈ ਸੀ ਅੱਜ ਆਪਣੇ ਕੋਲੋਂ ਅਸੀਂ ਕੁਝ ਨਹੀਂ ਕਹਿਣ ਲੱਗੇ ਉਹਨਾਂ ਦੇ ਅੱਗੇ ਨਾਰੀਆਂ ਨੇ ਰੱਖ ਕੇ ਆਖਿਆ ਮੇਰਾ ਕੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਮਹਾਰਾਜ ਤੁਸੀਂ ਬੋਲਦੇ ਸੋ ਅੱਜ ਤੁਹਾਡੇ ਹੀ ਸਰੂਪ ਵਿੱਚ ਤੁਹਾਨੂੰ ਤੇਰਾ ਤੁਝਕੋ ਸੌਂਪ ਕੇ ਕਿਆ ਲਾਵੇ ਤੇਰਾ ਆਪਣੇ ਕੋਲੋਂ ਕੋਈ ਚੀਜ਼ ਨੇ ਦਿੱਤੀ ਉਹਦੀ ਚੀਜ਼ ਉੱਥੇ ਹੀ ਉਹਨੂੰ ਆਖਿਆ ਤੁਸੀਂ ਅੱਜ ਤੋਂ ਸ਼ਬਦ ਰੂਪ ਵਿੱਚ ਪ੍ਰਗਟ ਹੋ ਗਏ ਹੋ ਕਿਉਂਕਿ ਹੁਣ ਦੇਹ ਦਾ ਰਾਜ ਅਜੀਤ ਸਿੰਘ ਨੂੰ ਨਹੀਂ ਗੱਦੀ ਦਿੱਤੀ ਆਖੋ ਵਾਹਿਗੁਰੂ ਜੁਝਾਰ ਸਿੰਘ ਨੂੰ ਗੱਦੀ ਨਹੀਂ ਦਿੱਤੀ ਸੱਚ ਜਾਣੋ ਜੇ ਕਦੀ ਕਿਸੇ ਸਰੀਰ ਨੂੰ ਗੱਦੀ ਤੇ ਪਾ ਦਿੰਦੇ ਤੇ ਅੱਜ ਦੇ ਗੁਰੂ ਤੇ ਸਿੱਖੋ ਸਾਡੇ ਪ੍ਰਧਾਨਾਂ ਤੋਂ ਹੀ ਇੰਨੀਆਂ ਲੜਾਈਆਂ ਨੇ ਪ੍ਰਧਾਨਾਂ ਤੋਂ ਇੰਨੀਆਂ ਫੁੱਟਾਂ ਸੈਕਟਰੀਆਂ ਤੋਂ ਇੰਨੀਆਂ ਫੁੱਟਾਂ ਗੁਰਦੁਆਰਾ ਮਗਰੋਂ ਬਣਦਾ ਧੜੇ ਪਹਿਲੋਂ ਤੇ ਜੇ ਕਦੀ ਗੁਰੂ ਦੀ ਗੱਦੀ ਕਿਸੇ ਕੋਲ ਹੁੰਦੀ ਤੇ ਕਿੰਨੀ ਘੱਟ ਵੱਟ ਹੁੰਦੀ ਇਹ ਤੇ ਨਬੇੜਾ ਹੀ ਕਰਦੇ ਕਹਿਣ ਲੱਗੇ ਸ਼ਬਦ ਗੁਰੂ ਸੁਰਤ ਧੁਨ ਕੇਲਾ ਸ਼ਬਦ ਗੁਰੂ ਦੇ ਅਪਾਚਕ ਆਪਾਂ ਆਪਾਂ ਸ਼ਬਦ ਗੁਰੂ ਦੇ ਚਰਨਾਂ ਨਾਲ ਜੁੜਨਾ ਹੈ ਮੇਰੀਆਂ ਭੈਣਾਂ ਬੱਚੇ ਗੁਰਸਿੱਖ ਪਿਆਰੇ ਉਹ ਆਦਿ ਜੁਗਾਦ ਤੋਂ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਹ ਨਾਨਕ ਹੋਸੀ ਵੀ ਸੱਚ ਜਿਹੜਾ ਸ਼ਬਦ ਸਦਾ ਰਹਿਣ ਵਾਲਾ ਹੈ ਉਹਦੇ ਨਾਲ ਮੇਰੀਆਂ ਧੀਆਂ ਨੇ ਤੁਸਾਂ ਗੁਰਸਿੱਖਾਂ ਨੇ ਜੁੜਨਾ ਹੈ ਦੇਹਧਾਰੀ ਗੁਰੂ ਜਿਹੜੇ ਹੁੰਦੇ ਗੁਰਸਿੱਖੋ ਪਿਆਰਿਓ ਬਾਬੇ ਗੁਰੂ ਹਰਗੋਬਿੰਦ ਸਾਹਿਬ ਦਾ ਆ ਵਚਨ ਚੇਤੇ ਰੱਖ ਲਿਓ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਆ ਮੇਰਾ ਵੀਰ ਮੈਨੂੰ ਸਾਖੀ ਸੁਣਾ ਰਿਹਾ ਸੀ ਬੜੀ ਪਿਆਰੀ ਇਹਦੇ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਨਾ ਦੀਵਾਨ ਲੱਗਾ ਸੀ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਕੀ ਵੇਖਦੇ ਕਿ ਅੱਜ ਕੱਲ ਸੱਪ ਤੁਰਿਆ ਆਉਂਦਾ ਇੱਧਰ ਆਖੋ ਵਾਹਿਗੁਰੂ ਅੱਜ ਕੱਲ ਸੱਪ ਤੁਰਿਆ ਆਵੇ ਇੱਧਰ ਫੂਕਾ ਮਾਰਦਾ ਸੱਪ ਕੋਲੋਂ ਸਾਰੀ ਦੁਨੀਆਂ ਡਰਦੀ ਭਾਈ ਵਿਧੀ ਚੰਦ ਹੋਣਾ ਨੇ ਬਾਬਾ ਬੁੱਢਾ ਸਾਹਿਬ ਨੇ ਦੂਸਰੇ ਸਿੱਖਾਂ ਨੇ ਭਾਈ ਜੇਠੇ ਹੋਣਾ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਮਹਾਰਾਜ ਕਹੋ ਤੇ ਮਾਰ ਦਈਏ ਸੱਪ ਤੇ ਤੁਹਾਡੇ ਵੱਲੋਂ ਤੁਰਿਆ ਆਉਂਦਾ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨਹੀਂ ਆਉਣ ਦਿਓ ਅੱਗੇ ਆਖੋ ਵਾਹਿਗੁਰੂ ਸਤਿਗੁਰੂ ਨੇ ਜਿਸ ਥੜੇ ਤੇ ਬੈਠੇ ਸੀ ਉਸ ਥੜੇ ਤੋਂ ਲੱਤਾਂ ਲਮਕਾ ਕੇ ਆਪਣਾ ਸੱਜਾ ਪੈਰ ਇੱਧਰ ਅੱਗੇ ਕੀਤਾ ਸੱਪ ਦੇ ਧਿਆਨ ਦੇਣਾ ਕਿਉਂਕਿ ਸਾਰਿਆਂ ਵਿੱਚ ਤੇ ਉਹ ਆਪ ਹੀ ਬੈਠਾ ਸੀ ਸਾਰਿਆਂ ਵਿੱਚ ਉਹਨੂੰ ਡਰ ਪੈਦਾ ਸੀ ਅੱਗੇ ਪੈਰ ਕੀਤਾ ਬੈਠ ਜਾ ਬੇਟਾ ਬੈਠ ਜਾ ਇੱਥੇ ਅੱਗੇ ਪੈਰ ਕੀਤਾ ਤੇ ਸੱਪ ਦਾ ਸਿਰ ਗੁਰੂ ਹਰਗੋਬਿੰਦ ਸਾਹਿਬ ਦੇ ਪਾਵਨ ਚਰਨ ਨੂੰ ਛੂਹਿਆ ਗੁਰ ਕੇ ਚਰਨ ਜੀ ਕਾ ਨਿਸਤਾਰਾ ਬੋਲੋ ਗੁਰ ਕੇ ਚਰਨ ਗੁਰੂ ਦੇ ਚਰਨਾਂ ਨਾਲ ਸੱਪ ਲੱਗਾ ਤੇ ਇਤਰਾ ਫਟ ਕੇ ਦੁਫਾੜ ਹੋ ਗਿਆ ਸੱਪ ਅੱਜਕਲ ਸੱਪ ਸੰਗਤ ਵੇਖਰੀ ਹੈਰਾਨ ਹੋਏ ਸਾਰੇ ਲੋਕ ਮਹਾਰਾਜ ਇਹ ਕੀ ਕੌਤਕਾ ਮਹਾਰਾਜ ਸੱਪ ਕੌਣ ਸੀ ਤੁਹਾਡੇ ਚਰਨਾਂ ਨੂੰ ਲੱਗਾ ਮਹਾਰਾਜ ਇਹ ਦੁਫਾੜ ਕੇ ਹੋ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਇਹ ਦੇਹਧਾਰੀ ਗੁਰੂ ਸੀ ਇਹ ਬੋਲੋ ਨਾ ਅੱਜ ਹੀ ਨਹੀਂ ਇਹ ਮੰਜੀਆਂ ਆਦਿਕਾਲ ਤੋਂ ਲੱਗਦੀਆਂ ਆਈਆਂ ਇਹ ਮੰਜੀਆਂ ਅੱਜ ਹੀ ਨਹੀਂ ਲੱਗੀਆਂ ਅੱਜ ਹੀ ਰੋਲ ਘਚੋਲਾ ਨਹੀਂ ਪਿਆ ਪਹਿਲੇ ਦਿਨ ਤੋਂ ਮਨੁੱਖ ਦੀ ਫਿਤਰਤ ਆ ਮੈਂ ਰੱਬ ਦਾ ਸ਼ਰੀਕ ਬਣਾ ਮੈਂ ਰੱਬ ਦਾ ਧੰਨ ਗੁਰੂ ਨਾਨਕ ਸਾਹਿਬ ਨੂੰ ਪੜ੍ਹ ਕੇ ਵੇਖੋ ਗੁਰੂ ਨਾਨਕ ਸਾਹਿਬ ਨੂੰ ਪੁੱਛੋ ਕਿ ਮਹਾਰਾਜ ਪਾਤਸ਼ਾਹ ਤੁਸੀਂ ਗੁਰੂ ਜੇ ਕਹਿੰਦੇ ਨਹੀਂ ਤੁਸੀਂ ਸੰਤ ਜੇ ਕਹਿੰਦੇ ਨਹੀਂ ਤੁਸੀਂ ਬ੍ਰਹਮ ਗਿਆਨੀ ਜੇ ਕਹਿੰਦੇ ਨਹੀਂ ਤੁਸੀਂ ਮਹਾਤਮਾ ਜੇ ਮਹਾਂਪੁਰਸ਼ ਜੇ ਇੱਥੇ ਤੇ ਜੀ ਅਸੀਂ ਗੱਡੀਆਂ ਦੇ ਉੱਤੇ ਪੜ੍ਹਦੇ ਹਾਂ 108 ਬੋਲੋਗੇ ਗੱਡੀਆਂ ਤੇ ਕੀ ਲਿਖਿਆ ਪੜ੍ਹਦੇ ਹੋ ਤੁਸੀਂ ਕੀ ਲਿਖਿਆ ਹੁੰਦਾ 108 ਤੇ ਜਿਹਨੇ ਲਿਖਵਾਇਆ ਉਹਨੂੰ ਵੀ ਨਹੀਂ ਪਤਾ ਵੀ ਕੀ ਆ ਜਿਹਨੇ ਲਿਖਵਾਇਆ ਨਾ ਆਪਣੀ ਗੱਡੀ ਤੇ ਪਤਾ ਉਹਨੂੰ ਵੀ ਨਹੀਂ ਪੁੱਛ ਕੇ ਵੇਖਿਓ ਜੀ 108 ਕੀ ਹੁੰਦਾ ਤੇ ਇਤਰਾ ਮੂੰਹ ਕਰ ਲੂਗਾ ਜੇ ਦੱਸੂਗਾ ਨੀ ਕਿਸੇ ਨੂੰ ਨੀ ਪਤਾ ਵੀ ਕੀ ਲਿਖਵਾਇਆ 1008 108 ਤੇ ਗੁਰੂ ਨਾਨਕ ਸਾਹਿਬ ਜੀ ਕਮਾਲ ਦੀ ਗੱਲ ਆ ਅਸੀਂ ਕਿਤੇ ਨੀ ਪੜ੍ਹਿਆ ਕਿ ਤੁਸੀਂ ਵੀ ਆਪਣੇ ਆਪ ਨੂੰ 108 ਲਿਖਵਾਇਆ ਹੋਵੇ ਆਖੋ ਵਾਹਿਗੁਰੂ ਜਰਾ ਸੁਚੇਤ ਹੋ ਕੇ ਆਖੋ ਸਿੱਧਾ ਚਲੋ 2 ਮਿੰਟ ਆ ਮੇਰੇ ਅੱਗੇ ਪਰਚੀ ਰੱਖ ਲਿਆ ਜੇ ਤੇ 9:30 ਤੱਕ ਕਰਨੀ ਇਹ ਤੁਹਾਡੇ ਵਿੱਚ ਕਿਹੜੇ ਵੱਲ ਵੇਖ ਕੇ ਕਰਨੀ ਜੇ ਜੇ ਤੁਸੀਂ ਇੱਦਾਂ ਹੋ ਗਏ ਤਾਂ ਫਿਰ ਫਲੇ ਰੱਖ ਸਿੱਧਾ ਕਰੋ ਆਖੋ ਵਾਹਿਗੁਰੂ 9:10 ਹੋਇਆ ਜੇ ਤੁਸੀਂ ਸੁਚੇਤ ਰਹੇ ਤਾਂ ਮਹਾਰਾਜ ਤੁਸੀਂ 108 ਨੀ ਲਿਖਵਾਇਆ ਕਹਿੰਦੇ ਵੀ 108 ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਕਿਉਂ ਲਿਖਵਾਵਾਂ ਕਦੀ ਕੁੱਤਾ ਵੀ ਆਪਣੀ ਗੱਲ ਲਿਖਵਾਉਂਦਾ ਧੰਨ ਗੁਰੂ ਨਾਨਕ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਗੁੱਸਾ ਨਾ ਕਰਿਓ ਪੜ੍ਹਿਓ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਬਾਬੇ ਨਾਨਕ ਨੇ ਆਪਣੇ ਆਪ ਨੂੰ ਪਤਾ ਕੀ ਪੁੱਛ ਗਿਆ ਕਹਿੰਦੇ ਸੱਗ ਸੱਗ ਨਾਨਕ ਦੀਵਾਨ
ਉਹ ਦੀਵਾਨ ਬਣੇ ਦਰਬਾਰ। ਮੈਂ ਉਸ ਅਕਾਲ ਪੁਰਖ ਦੇ ਸਦਾ ਰਹਿਣ ਵਾਲੇ ਦਰਬਾਰ ਦਾ ਇੱਕ ਕੁੱਤਾ ਵਾ, ਮੈਂ ਕੋਈ ਮਹਾਂਪੁਰਸ਼ ਨਹੀਂ। ਇਹ ਗੱਲ ਗੁਰੂ ਨਾਨਕ ਨੇ ਲਿਖੀ। ਕਮਾਲ ਦੀ ਗੱਲ ਆ, ਬੇਸ਼ਰਮ ਲੋਕ ਆਪਣੇ ਆਪ ਨਾਲ ਇਸ਼ਤਿਹਾਰਾਂ ਦੇ ਉੱਤੇ ਸੰਤ ਲਿਖਣ ਲੱਗੇ, ਡਰਦੇ ਵੀ। ਸੰਤ ਇੰਨੀ ਵੱਡੀ ਪਦਵੀ ਦਾ ਨਾਮ ਹੈ ਕਿ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਇੱਕੋ। ਬਾਬੇ ਨਾਨਕ ਨੂੰ ਪੁੱਛਿਆ ਜੀ ਇਸ ਧਰਤੀ ਡੁੱਬਦੀ ਦਾ ਭਲਾ ਕਿਤਨਾ ਹੋਊਗਾ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਸੰਤ ਬਚਾਊਗਾ। ਆਖੋ ਵਾਹਿਗੁਰੂ, ਥੰਮੇ ਕੋਈ ਨਾ ਸਾਧ ਬਿਨ, ਬੋਲੋ ਥੰਮੇ ਕੋਈ ਨਾ ਇਸ ਡੁੱਬਦੀ ਹੋਏ ਸੰਸਾਰ ਨੂੰ ਥੰਮਾ ਕੋਈ ਨੀ ਦੇ ਸਕਦਾ ਸਾਧੂ ਤੋਂ ਬਿਨਾਂ। ਤੇ ਬਾਬੇ ਨਾਨਕ ਨੂੰ ਆਖਿਆ ਕੋਈ ਦੱਸੋ ਸਾਧ। ਕਹਿੰਦੇ ਮੈਂ ਤੇ ਸਾਰੀ ਧਰਤੀ ਫਿਰ ਕੇ ਵੇਖੀ, ਸਾਧ ਨਾ ਦਿਸੇ ਜੱਗ ਵਿੱਚ ਕੋਆ, ਮੈਨੂੰ ਤੇ ਸਾਧ ਕੋਈ ਦਿਸਿਆ ਹੀ ਨਹੀਂ। ਆਹ ਕੌਣ ਨੇ ਜਿਹਨਾਂ ਦੀਆਂ ਹੇੜਾਂ ਦੀਆਂ ਹੇੜਾਂ ਗੱਡੀਆਂ ਤੇ ਫਿਰਦੀਆਂ, ਆਖਿਰ ਕੌਣ ਨੇ? ਇੱਕ ਬੰਦੇ ਦੀ ਜੇਬ ਚ 5 ਪੈਸੇ ਨਹੀਂ ਤੇ ਆਪਣੇ ਨਾਮ ਦੇ ਨਾਲ ਸ਼ਾਹ ਲਿਖਾਉਂਦਾ, ਕਿੱਡਾ ਪਾਗਲ ਹੋ ਨਹੀਂ ਤੁਸੀਂ ਸਮਝਦੇ? ਜੇਬ ਦੇ ਵਿੱਚ ਤੇ 5 ਪੈਸੇ ਨਹੀਂ, ਰੋਟੀ ਘਰ ਪਕਾਉਣ ਨੂੰ ਨਹੀਂ, ਤੇ ਬੂਹੇ ਦੇ ਉੱਤੇ ਲਿਖਿਆ ਸ਼ਾਹ ਜੀ, ਸੇਠ ਜੀ, ਕੀ ਕਹੋਗੇ ਤੁਸੀਂ ਦੱਸੋ ਜੀ, ਕੀ ਕਹੋਗੇ? ਪਾਗਲ ਨਹੀਂ ਕਹੋਗੇ ਤੇ ਕੀ ਕਹੋਗੇ? ਇੱਕ ਪਾਗਲ ਬੰਦਾ ਸੜਕ ਦੇ ਉੱਤੇ ਕਰਨਲ ਜਲਨ ਦੀਆਂ ਫਿੱਤੀਆਂ ਲਾ ਕੇ ਬੈਠਾ ਹੈ, ਤੇ ਸਫਾਈ ਨਹੀਂ ਬੰਦਾ, ਮਗਰ ਐਵੇਂ ਚੌਂਕ ਵਿੱਚ ਖਲੋ ਕੇ ਸਿੱਟੀਆਂ ਮਾਰ ਰਿਹਾ, ਉਹ ਕਰਨਲ ਥੋੜਾ ਹੈ ਜਿਹੜਾ ਇਸ ਤਰ੍ਹਾਂ ਦੀਆਂ ਹਰਕਤਾਂ ਕਰੇ? ਕੀ ਕਹਿੰਦੇ ਹੋ? ਆ ਜਿੰਨੇ ਗੱਡੀਆਂ ਵਿੱਚ ਪਾ ਕੇ ਵੱਡੇ ਚੋਲੇ, ਸੰਤ ਕਿਤੇ ਨੀ ਹੈਗਾ। ਸੰਤ ਗੁਰੂ ਗ੍ਰੰਥ ਸਾਹਿਬ ਜੀ ਨੇ, ਬੋਲੋ ਸੰਤ ਗੁਰੂ, ਬੋਲੋ ਨਾ ਸੰਤ ਗੁਰੂ। ਆ ਮੈਂ ਤੁਹਾਡੇ ਹੈਰਾਨ ਕੇ ਰਹਿ ਗਿਆ, ਮੈਂ ਉਹ ਸਾਖੀ ਪੂਰੀ ਕਰਨੀ ਆ ਵੀ ਗੁਰੂ ਹਰਗੋਬਿੰਦ ਸਾਹਿਬ ਵਾਲੀ ਚਿੰਤਾ ਰੱਖਿਓ। ਮੇਰੀ ਬੱਚੀ ਅੱਜ ਆਈ ਨੀ ਕਥਾ ਚ, ਆਉਣ ਦਾ ਇਰਾਦਾ ਸੀ ਉਹਦਾ। ਮੈਨੂੰ ਕਹਿੰਦੀ ਵੀ ਥੋੜੇ ਦਿਨ ਮੈਂ ਪਟਿਆਲੇ ਨਹੀਂ ਕਿਸੇ ਸਹੇਲੀ ਨਾਲ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਸੁਣਿਓ, ਆਖੋ ਵਾਹਿਗੁਰੂ। ਇਹਨਾਂ ਗੱਲਾਂ ਦੀ ਤੁਹਾਨੂੰ ਛੇਤੀ ਸਮਝ ਪਊਗੀ ਸਮਾਜ ਦੀਆਂ ਦੀ। ਕਹਿੰਦੀ ਮੈਂ ਆਪਣੀ ਸਹੇਲੀ ਨਾਲ ਗਈ ਤੇ ਉਹ ਸੀ ਪੜਤਾਣੀ, ਕੰਪਿਊਟਰ ਦਾ ਕੋਰਸ ਕਰਦੀ ਆ। ਕਹਿੰਦੀ ਉਹ ਕਿਸੇ ਪੰਡਿਤ ਕੋਲ ਹੱਥ ਵਿਖਾਉਣ ਜਾਂਦੀ ਸੀ ਜੋਤਿਸ਼ ਵਿਖਾਉਣ, ਤੇ ਕਹਿੰਦੀ ਮੈਨੂੰ ਇੱਕ ਦਿਨ ਕਹਿੰਦੀ ਵੀ ਤੂੰ ਮੇਰੇ ਨਾਲ ਚੱਲ। ਕਹਿੰਦੀ ਵੀ ਮੈਂ ਤਾਂ ਮੰਨਦੀ ਨੀ, ਅਸੀਂ ਤਾਂ ਗੁਰੂ ਨਾਨਕ ਦੇ। ਬੋਲੋ, ਕਰੋ ਮੂੰਹ ਪਵਿੱਤਰ, ਰੱਖੋ, ਅਸੀਂ ਤੇ ਗੁਰੂ ਨਾਨਕ ਸਾਹਿਬ ਦੇ, ਅਸੀਂ ਤੇ ਜੋਤਿਸ਼ ਜੋਤਿਸ਼ ਨੂੰ ਮੰਨਦੇ। ਕਿਤੇ ਜਾਂਦੇ ਨਹੀਂ ਤੁਸੀਂ ਵੀ? ਹੱਥ ਖੜੇ ਕਰੋ ਅੱਜ ਸਾਰੇ ਵੀ ਨਹੀਂ ਜਾਂਦੇ? ਪੱਕੀ ਗੱਲ, ਉਹ ਇੱਕ ਵਿੱਚੋਂ ਕਹਿਣ ਡਈ ਜੇ ਸੱਚ ਜਾਣੋ, ਉਹਨੇ ਆਖਿਆ ਨਾ ਨਾ ਕਿਤੇ ਸਾਰੇ ਤੇ ਮੋਹਰ ਨਾ ਲਾ ਦਿਓ। ਚਿੰਤਾ ਕਰੋ, ਤੁਹਾਡਾ ਜੋਤਿਸ਼ੀਆਂ ਕੋਲ ਕੋਈ ਕੰਮ ਨਹੀਂ, ਤੁਹਾਡਾ ਜੋਤਿਸ਼ ਜੋਤਿਸ਼ ਭਾਵੇ, ਜੋਤਿਸ਼ ਲਿਖੋ ਜਰਾ ਜੋ, ਨਹੀਂ ਨਹੀਂ ਜੋਤਿਸ਼ ਲਿਖੋ ਜਰਾ ਜੋ, ਤੇ ਇਹ ਕੀ ਬਣਿਆ? ਜੋਤਿਸ਼ ਜੋਤਿਸ਼, ਤੇ ਇੱਥੇ ਲਿਖਿਆ ਜੋਤਿਸ਼ ਭਾਵੇ ਨਾਨਕਾ ਸਾਈ ਗੱਲ ਚੰਗੀ। ਜੋਤਿਸ਼ ਲੱਗ ਗਿਆ, ਅਸੀਂ ਤੇ ਜੋਤਿਸ਼ ਤਾਂ ਲਵਾਈਦਾ ਕਿ ਜੋ ਕੱਲ ਨੂੰ ਹੋਣ ਵਾਲਾ ਵਾ ਉਹਦਾ ਉਪਾਅ ਕਰੀਏ। ਅਸੀਂ ਕਹਿੰਦੇ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ। ਕਹਿੰਦੇ ਹੋ ਉਹ ਬੱਚੀ ਕਹਿੰਦੀ ਮੈਂ ਗਈ ਤੇ ਮੈਂ ਕਿਹਾ ਵੀ ਮੈਂ ਪੁੱਛਣਾ ਕੁਛ। ਕਹਿੰਦੀ ਤੂੰ ਨਾ ਪੁੱਛੀ। ਕਹਿੰਦੀ ਮੈਂ ਹੈਰਾਨ ਹੋ ਗਈ, ਮੇਰੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਇਹ ਤੁਹਾਡੇ ਫਤਿਹਗੜ੍ਹ ਏਰੀਏ ਤੋਂ ਅੰਬਾਲੇ ਤੱਕ ਲੋਕਾਂ ਦੇ ਘਰ ਘਰ ਉਸ ਸੰਤ ਦੀਆਂ ਫੋਟੋ ਲੱਗੀਆਂ ਤੇ ਥੱਲੇ ਲਿਖਿਆ ਬ੍ਰਹਮ ਗਿਆਨੀ। ਕਹਿੰਦੀ ਉਹ ਵੀ ਉੱਥੇ ਖਲੋਤਾ, ਸਿੱਧੇ ਹੋ ਕੇ ਬੈਠੋ। ਆਂਦੀ ਉਸ ਸੰਤ ਕੋਲ ਉਹ ਵੀ ਬੈਠਾ। ਧਿਆਨ ਦੇਣਾ ਜਰਾ, ਗੁਰੂ ਦੀ ਹਜ਼ੂਰੀ ਚ ਕਹਿ ਰਿਹਾ, ਝੂਠ ਨੀ ਬੋਲ ਰਿਹਾ। ਕਹਿੰਦੀ ਜਦੋਂ ਮੈਂ ਵੇਖਿਆ ਜੀ ਇਹਨੂੰ, ਚੰਡੀਗੜ੍ਹ ਦੀ ਹਰ ਜਿਪਸੀ ਇਹਨੂੰ ਮੱਥਾ ਟੇਕਦੀ, ਐਸ ਐਸ ਪੀ ਕਮਿਸ਼ਨਰ ਸਾਹਿਬ ਇਹਦੇ ਡੇਰੇ ਤੇ ਆਉਂਦੇ, ਇਹਦੇ ਡੇਰੇ ਤੇ ਘਿਓ ਦੇ ਲੰਗਰ ਚੱਲਦੇ, ਇਹਦੇ ਡੇਰੇ ਤੇ ਫਲਾਣ ਹੁੰਦਾ, ਟੀਮ ਹੁੰਦਾ, ਇਹ ਸੰਤ ਇੱਥੇ ਕੀ ਕਰਦਾ ਹੈ? ਤੇ ਕਹਿੰਦੀ ਜਦੋਂ ਉਹ ਸੰਤ ਜੀ ਉੱਠ ਕੇ ਚਲੇ ਗਏ, ਜਿਪਸੀਆਂ ਕਮਾਂਡੋ ਫੋਰਸ ਹੂੰ ਕਰਦੇ ਨਿਕਲ ਗਏ, ਤੇ ਕਹਿੰਦੀ ਮੈਂ ਉਸ ਬਾਬੇ ਪੰਡਿਤ ਨੂੰ ਪੁੱਛਿਆ ਕਿ ਪੰਡਿਤ ਜੀ ਤੁਹਾਨੂੰ ਇਹ ਸੰਤ ਕੀ ਪੁੱਛਦਾ ਆਣਕੇ? ਤੇ ਕਹਿੰਦੀ ਮੈਨੂੰ ਉਹ ਪੁੱਛਦਾ, ਪੰਡਿਤ ਕਹਿੰਦਾ ਇਹ ਮਹੀਨੇ ਬਾਅਦ ਮੇਰੇ ਕੋਲ ਆਉਂਦੇ, ਮੈਨੂੰ ਪੁੱਛ ਕੇ ਜਾਂਦੇ ਕਿ ਬ੍ਰਹਮ ਗਿਆਨੀ ਕਦੋਂ ਬਣੂੰਗਾ। ਮੈਂ ਗੁਰੂ ਦੀ ਹਜ਼ੂਰੀ ਚ ਕਹਿੰਦਾ ਜੇ ਮੈਂ ਆਪਣੇ ਕੋਲੋਂ ਦਵਾਂ, ਮੈਂ ਗੁਰੂ ਦਾ ਦੇਣਦਾਰ ਹਾਂ। ਇਹ ਬਚਨ ਮੈਨੂੰ ਜਿਉਂਦੀ ਜਾਗਦੀ ਪੈਣਾ। ਉਹਨੇ ਕਿਹਾ ਅੱਜ ਆਉਣਾ ਸੀ, ਗੱਡੀ ਜਗ੍ਹਾ ਥੋੜੀ ਸੀ, ਇਹਦੇ ਵੱਖਰੀਆਂ ਕਰਕੇ ਇੱਥੇ ਵਿੱਚ ਘਲਾ ਕੇ ਤੁਹਾਨੂੰ ਪਹੁੰਚਾਉਣਾ ਵੀ ਸੱਚ ਹੈ ਨਾ? ਦੱਸੋ ਤੁਸੀਂ ਕਿੱਥੇ ਖਲੋਤੀ ਦੁਨੀਆਂ? ਦੇਹਧਾਰੀ ਬਾਬੇ, ਆਪਣੇ ਆਪ ਨੂੰ ਰੱਬ ਕਮਾਉਣ ਵਾਲੇ ਇੱਕ ਸੰਤ ਹੋਵੇ ਸੰਸਾਰ ਵਿੱਚ ਬਾਬੇ ਨਾਨਕ ਵਰਗਾ, ਤੇ ਆਪਣੇ ਆਪ ਨੂੰ ਸੰਤ ਨਾ ਖਵਾਵੇ, ਆਪਣੇ ਆਪ ਨੂੰ ਡੋਲੋ ਨਾ
ਜਿਹੜੇ ਪੈਸੇ ਵਾਲੇ ਲੋਕ ਹੁੰਦੇ ਆਂਦੇ ਮੈਂ ਪੈਸੇ ਵਾਲਾ ਬੋਲੋ ਜੀ ਕਦੀ ਨੀ ਕਹਿੰਦੇ ਨਾ ਨਾ ਪੈਸੇ ਵਾਲਾ ਨੀ ਕਹਿੰਦਾ ਮੈਂ ਪੈਸੇ ਵਾਲਾ ਉਹ ਗੱਡੀ ਦੇ ਵਿੱਚ ਸਫ਼ਰ ਕਰੂਗਾ ਤੇ ਫਟੇ ਕੱਪੜੇ ਪਾ ਕੇ ਕਰੂ ਕਿਉਂਕਿ ਮੇਰੇ ਪੈਸੇ ਦਾ ਕਿਸੇ ਨੂੰ ਪਤਾ ਨਾ ਲੱਗ ਜਾਵੇ ਤੇ ਮੇਰੇ ਵਰਗਾ ਭੁੱਖਾ ਨੰਗਾ ਫਿਰ ਮੈਨੂੰ ਲੋਕੀ ਆਖਣੇ ਪੈਸੇ ਵਾਲਾ ਤੇ ਜੇਬ ਚ ਕੁਛ ਨੀ ਹੁੰਦਾ ਇਹ ਜਿੰਨੇ ਗੋਲ ਪਰਨੇ ਬੰਨੀ ਫਿਰਦੇ ਤੇ ਗੱਡੀਆਂ ਤੇ ਚੜੇ ਫਿਰਦੇ ਨੇ ਇੱਕ ਦਿਨ ਇਹਨਾਂ ਨੂੰ ਰੱਬ ਦੇ ਦਰ ਤੇ ਲੇਖਾ ਦੇਣਾ ਪੈਣਾ ਹੈ ਜਿੱਡੀ ਹਾਲਤ ਬੁਰੀ ਇਹਨਾਂ ਲੋਕਾਂ ਦੀ ਸੁਣਿਓ ਤੇਰਾ ਆਖੋ ਵਾਹਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਭਾਈ ਇਹ ਦੇਹਧਾਰੀ ਗੁਰੂ ਸੀ ਤੇ ਮਹਾਰਾਜ ਨੂੰ ਸਿੱਖ ਪੁੱਛਦੇ ਮਹਾਰਾਜ ਇਹ ਜਦੋਂ ਪਾਟੇ ਆਏ ਇਹਦੇ ਵਿੱਚੋਂ ਕਰੋੜਾਂ ਕੀੜੇ ਨਿਕਲ ਕੇ ਤੁਰ ਪੈਣ ਕੁਰਪੁਰ ਕੁਰਪੁਰ ਕਰਦੇ ਐਨੂੰ ਇਹ ਕੌਣ ਨੇ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਥਾ ਹੈ ਕਿ ਗੁਰੂ ਸਾਹਿਬ ਕਹਿਣ ਲੱਗੇ ਇਹ ਕਰੋੜਾਂ ਇਹਦੇ ਚੇਲੇ ਨੇ ਚੇਲੇ ਨੇ ਮਹਾਰਾਜ ਜੀ ਜਦੋਂ ਤੁਹਾਡੇ ਵੱਲ ਨੂੰ ਤੁਰਿਆ ਉਹਦਾ ਤੜਫਦਾ ਕਿਉਂ ਸੀ ਆਖੋ ਵਾਹਿਗੁਰੂ ਮਹਾਰਾਜ ਜੀ ਇਤਨਾ ਇਤਨਾ ਤੜਫਦਾ ਕਿਉਂ ਸੀ ਕਹਿੰਦਾ ਇਹਨੇ ਝੂਠ ਬੋਲਿਆ ਸੀ ਦੀਵਾਨਾਂ ਵਿੱਚ ਕਿ ਮੈਂ ਤੁਹਾਡੀ ਗਦੀ ਕਰਾਊਂਗਾ ਹੁਣ ਉਹ ਚੇਲਿਆਂ ਦੀ ਗਦੀ ਹੁੰਦੀ ਨੀ ਤੇ ਇਹਨੂੰ ਤੋੜ ਤੋੜ ਕੇ ਖਾਂਦੇ ਨੇ ਕੀੜੇ ਬਣ ਕੇ ਉਹ ਚੇਲੇ ਕਿ ਉਹਨਾਂ ਨੂੰ ਗਦੀ ਨੀ ਮਿਲਦੀ ਕਿਉਂਕਿ ਗਦੀ ਕੌਣ ਕਰਾਊਗਾ ਆਪ ਮੁਕਤ ਇਹ ਆਪ ਮੁਕਤ ਨਹੀਂ ਰਹੇ ਆਖੋ ਵਾਹਿਗੁਰੂ ਬੋਲੋ ਇਹ ਆਪ ਮੁਕਤ ਨਹੀਂ ਆਓ ਵੇਖੋ ਗੁਰੂ ਗ੍ਰੰਥ ਸਾਹਿਬ ਬੈਠੇ ਇੱਕ ਵਾਰ ਪੜ੍ਹੋ ਐਸੇ ਗੁਰ ਕੋ ਬਲ ਬਲ ਜਾਈਏ 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 ਆਪ ਮੁਕਤ ਮੋਏ ਤਾਰੇ ਆਪ ਮੁਕਤ ਮੋਏ ਮੈਨੂੰ ਜ਼ਿੰਦਗੀ ਚ ਮਿਲੇ ਆਪਣੀਆਂ ਗੱਲਾਂ ਨਾ ਸੁਣਾਵੇ ਮੇਰੇ ਹਰ ਪ੍ਰੀਤਮ ਕੀ ਕੋਈ ਮੈਨੂੰ ਪ੍ਰੀਤਮ ਪਿਆਰੇ ਦੇ ਬਚਨ ਸੁਣਾਵੇ ਮੈਨੂੰ ਰੱਬ ਦੇ ਚਰਨਾਂ ਨਾਲ ਜੋੜ ਦੇਵੇ ਤੇ ਮੈਂ ਵੇਖ ਕੇ ਆਇਆ ਇੱਥੇ ਆਹ ਹੁਣ ਰੋਪੜ ਦੇ ਲਾਗੇ ਲਾਗੇ ਪਿੰਡਾਂ ਚ ਕਥਾ ਪੰਜ ਦਿਨ ਕਰਕੇ ਆਇਆ ਇੱਕ ਘਰ ਵਿੱਚ ਕੁਝ ਰਹਿਣ ਦਾ ਸਮਾਂ ਮਿਲਿਆ ਸਾਨੂੰ ਆਖੋ ਵਾਹਿਗੁਰੂ ਉੱਥੇ ਇਤਰਾਂ ਦਾ ਇੱਕ ਘਰ ਵੇਖਿਆ ਜਿਹਨਾਂ ਇੱਕ ਸੰਤ ਦੀਆਂ ਫੋਟੋਆਂ ਨਾਲ ਅਜਾਇਬ ਘਰ ਹੀ ਬਣਾਇਆ ਸੰਤ ਜੀ ਸਕੂਟਰ ਤੇ ਬੈਠੇ ਸੰਤ ਜੀ ਪਾਰਕ ਚ ਬੈਠੇ ਸੰਤ ਜੀ ਘੋੜੇ ਤੇ ਚੜੇ ਸੰਤ ਜੀ ਸੰਗਤਾਂ ਨੂੰ ਦਰਸ਼ਨ ਦੇਣ ਦੇ ਸੰਗਤ ਜੀ ਸੰਗਤਾਂ ਨਾਲ ਪ੍ਰਵਚਨ ਕਰ ਰਹੇ ਇਤਰਾਂ ਕੁਰਸੀ ਤੇ ਬੈਠੇ ਆਖੋ ਵਾਹਿਗੁਰੂ ਕੁਰਸੀ ਤੇ ਬੈਠੇ ਥੱਲੇ ਸੋਹਣੀ ਚਾਦਰ ਵਿਛਾਈ ਲਾਗੇ ਇੱਕ ਆਹ ਜਿਹੜਾ ਤੁਹਾਡਾ ਕੱਪੜੇ ਕੁਪੜੇ ਰੱਖਣ ਵਾਲਾ ਪਲਾਸਟਿਕ ਦਾ ਹੁੰਦਾ ਕੀ ਕਹਿੰਦੇ ਹੋ ਇਤਰਾਂ ਦਾ ਜਗੜਾ ਜਿਹਾ ਪਲੇਟ ਦੀ ਪਈ ਉਹਦੇ ਵਿੱਚ ਸੰਤ ਜੀ ਨੂੰ ਮੱਥੇ ਟੇਕਣ ਦਾ ਹੈ ਥੱਲੇ ਗੁਲਾਬ ਦੇ ਫੁੱਲ ਉਹਨਾਂ ਦੇ ਪੈਰਾਂ ਦੇ ਪਏ ਸੰਤ ਦੇ ਤੇ ਲੋਕੀ ਉਹਨੂੰ ਮੱਥੇ ਟੇਕਣ ਦਾ ਤੇ ਸੰਤ ਇਤਰਾਂ ਕਰਕੇ ਐ ਤੇ ਮੈਂ ਕਿਹਾ ਉਹ ਭਲਿਆ ਇਹ ਇਤਰਾਂ ਹੱਥ ਕਰਨਾ ਗੁਰੂ ਨਾਨਕ ਨੂੰ ਸੋਹਣਾ ਲੱਗਦਾ ਹੈ ਹਰ ਬੰਦਾ ਨੀ ਇਤਰਾਂ ਹੱਥ ਕਰ ਸਕਦਾ ਇਹ ਹੱਥ ਕਰਨੇ ਬਾਬੇ ਨਾਨਕ ਨੂੰ ਤੇ ਪਹਿਲਾਂ ਮੈਂ ਆਪ ਜੀ ਨੂੰ ਪੁੱਛਾਂ ਕਿ ਇਤਰਾਂ ਹੱਥ ਕਿਉਂ ਕੀਤਾ ਗੁਰੂ ਨਾਨਕ ਨੇ ਤੁਸੀਂ ਦੱਸੋ ਕਿਉਂ ਕੀਤਾ ਇਤਰਾਂ ਭਲਾ ਅਸੀਸ ਦਿੱਤੀ ਹੈ ਨਹੀਂ ਧਿਆਨ ਦੇਣਾ ਹੈ ਪੁੱਛਿਆ ਮੈਂ ਇੱਕ ਸਾਧੂ ਨੂੰ ਮੈਂ ਕਿਹਾ ਜੀ ਗੁਰੂ ਨਾਨਕ ਨੇ ਇਤਰਾਂ ਕਿਉਂ ਕੀਤਾ ਹੈ ਹੁਣ ਜਿਹੜਾ ਉੜਦਾ ਇਤਰਾਂ ਹੱਥ ਕਰ ਲੈਂਦਾ ਹੈ ਤੇ ਭੱਜੇ ਲੱਗਦੇ ਨੇ ਇਤਰਾਂ ਕਿਉਂਕਿ ਉਤਰਾ ਕੁਦਰਤ ਕਰਮ ਨੀ ਨਾ ਦਿੰਦੀ ਉਹਨਾਂ ਕੋਲ ਮੌਰਿਆ ਹੋਊਗਾ ਤੇ ਉਤਰਾ ਕਰੂਗਾ ਨਾ ਨੈਚੁਰਲੀ ਤੇ ਤਾਂ ਹੀ ਲੱਗੂਗਾ ਜੇ ਅੰਦਰੋਂ ਵਰਦੀ ਹੋ ਬੁਰਾ ਕਰਨ ਤੇ ਬਣਾਉਟੀ ਲਿਆ ਹੈ ਵੀ ਬਣਾਉਟੀ ਝੂਠਾ ਬੰਦਾ ਕੀ ਕਰੂਗਾ ਇਤਰਾ ਕੀਤਾ ਹੈ ਤੇ ਗੁਰੂ ਨਾਨਕ ਨੇ ਇਤਰਾ ਕੀਤਾ ਬੜਾ ਸੁੰਦਰ ਹੱਥ ਆਖੋ ਵਾਹਿਗੁਰੂ ਮਹਾਰਾਜ ਨੂੰ ਪੁੱਛਿਆ ਮੈਂ ਇੱਕ ਫਕੀਰ ਨੂੰ ਕਿ ਗੁਰੂ ਨਾਨਕ ਨੇ ਇਤਰਾ ਕਿਉਂ ਕੀਤਾ ਹੈ ਬੰਦਗੀ ਵਾਲਾ ਸੀ ਕਹਿੰਦਾ ਕਲਯੁਗ ਜਦੋਂ ਤਬਾਹੀ ਮਚਾਈ ਆਉਂਦਾ ਸੀ ਨਾ ਆਖੋ ਵਾਹਿਗੁਰੂ ਲੱਗ ਸਦਾ ਕਰ ਲਓ ਕਲਯੁਗ ਜਦੋਂ ਤਬਾਹੀ ਮਚਾਈ ਆਉਂਦਾ ਸੀ ਲੋਕਾਂ ਦੇ ਬਰਬਾਦ ਜੀਵਨ ਕਰੀ ਆਉਂਦਾ ਸੀ ਤੇ ਧੰਨ ਗੁਰੂ ਨਾਨਕ ਸਾਹਿਬ ਜਿੱਦਣ ਪਹਿਲੀ ਵਾਰ ਆਪਣੀ ਬੇਬੇ ਨਾਨਕ ਦੇ ਘਰੋਂ ਤੁਰੇ ਨੇ ਬੇਬੇ ਨਾਨਕੀ ਦਿਓ ਤੇ ਉਹਨੇ ਭੱਜੇ ਆਉਂਦੇ ਸਾੜਦੇ ਸੰਸਾਰ ਦੇ ਕਲਯੁਗ ਨੂੰ ਕਿਹਾ ਰੁਕ ਜਾ ਮੈਂ ਆ ਗਿਆ ਭਾਰਤ ਦੇ ਕਈ ਤਰ੍ਹਾਂ ਤਾਂ ਕੀਤਾ ਜੇ ਹੇ ਕਲਯੁਗ ਮੈਂ ਆ ਗਿਆ ਰੁਕ ਜਾ ਹੁਣ ਕਲਯੁਗ ਬਾਬੇ ਤਾਰਿਆ ਬੋਲੋ ਕਲਯੁਗ ਬਾਬੇ ਰੁਕ ਜਾ ਆ ਗਿਆ ਮੈਂ ਭੇਜਦਾ ਮੈਨੂੰ ਨਿਰੰਕਾਰ ਨੇ ਆਪ ਨਰੈਣ ਲਗਾਤਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਬਣਿਓ ਕੀ ਉਜਾੜਾ ਪਾਈ ਜਾਂਦਾ ਹੈ ਇਹਨਾਂ ਦਾ ਕੋਈ ਰਾਖਾ ਨਹੀਂ ਕੀ ਦੁਨੀਆਂ ਨੂੰ ਤਬਾਹ ਕਰੀ ਜਾਂਦਾ ਹੈ ਇਹਨਾਂ ਦਾ ਕੋਈ ਰਾਖਾ ਨਹੀਂ
एक भजन बड़े प्यारे कीते उत्थे आखो वाहेगुरु ते कलजुग कहण लगा महाराज मैं ते बादशाह वा समझदा आखो वाहेगुरु गज के बोलो मैं ते बादशाह समझदा कलजुग कहिंदा मेरा राज है कलजुग रथ मेरा राज है मेरा समा है तां गुरु नानक साहब कहिंदे तू वाकया ही राजा है ते हंकारी की कहिंदा ओह कहिंदा मैं वाकया ही राजा अगू पुछता तुसी कौन हो आखो सतनाम श्री धन गुरु नानक साहब ने यह नहीं कहा तू कलजुग का राजा है मैं रब वालों राजा ना ना आख्या तू राजा है ते मैं चौकीदार बाबा नानक कहना मैं ते भजन रामकली राग विच पढ़े अजे तक तुसी कोई कीर्तन कथा करते हो तुहानू जपदा पता होवे उत्थे बाबा नानक जी कहिंदे जा सिकदारी सिकदारी जिहड़ा सिकदार आ किसे खुआरी राजे ही खुआर होंगे ने आखो ना हम जे एक सरकार बदल गई डर हूं ओनू ही है ना जो मुख्यमंत्री रहा कि काबू ना आ जा तुम कहता डर आठो सतनाम श्री जे चौकीदार उस सरकार भी चौकीदार सी सरकार भी चौकीदार उन्होंने कहता डर जा सकदारी किसे खुआरी चाकर के डरना जा सकदारी पवे जंजीरी ता चाकर हथों मरना साहब गुरु नानक पातशाह कहते जिधर काबू कर लांगे तेरा अंत भी असी करांगे कलजुग बाबे तारिया बोलो कलजुग बाबे तारिया सतनाम पढ़ मंत्र सुनाया सतनाम पढ़ मंत्र सुनाया सतनाम का जाप करा के कलजुग का तार दिता पार उतारा कर गुरु के सिखो इस थाल विच तीन चीजा ने सत संतोख विचार एदे विचो सब कुछ अगे निकलिया तुसी कहोगे नी बार बार तू कहना तीन आ गुरु ग्रंथ साहब जी तीन ही ने जाके घर साहब कुछ है इतने साचे साहबा क्या नहीं घर बड़ा कुछ है मगर सत संतोख ते विचार विचो सब कुछ निकलता है ये तीन थम ने तीन मेन पॉइंट ने जे सच जिंदगी च आ जाए जे संतोख जिंदगी च आ जाए जे विचार गुरबाणी की जिंदगी च आ जाए ते फिर अमृत नाम ठाकुर का पयो जिसका केवल ते केवल सिखा दा नहीं मेरे हिंदू वीर बाणी पढ़ने उन्हां दा उदार मैं न्यूयॉर्क दे विच एक बार कथा करन गया आखो वाहेगुरु ते उत्थे टीवी दे उत्ते इंटरव्यू लेंदे गुरु अर्जन देव महाराज जी इंटरव्यू लई भाई हरजिंदर सिंह श्रीनगर वाले ते दास कोल उन्हां कोल कीर्तन सुनिया मेरे नाल उन्हां टीवी दे उत्ते टेलीफोन दे उत्ते हुण चलिया ना इत्थे ते काम हैलो जी शनि का की प्रभाव है जी इतने तो यह गल करते टीवी से टेलीफोन करके पुछते ने कि जेडे ज्ञानी जी थोड़े को बैठे ने सेवादार बैठे ने इन्हों पुछो कि गुरु अर्जन देव महाराज जी शहीदी क्यों हुई असल उसका लौज की कारण की सी जरा सवाल एक मुसलमान पूछता है कि तुम बार बार गुरु अर्जन देव साहब की तरीफ करते हो भाई साहब जी दसो गुरु अर्जन देव महाराज पातशाह दीन दुनिया के मालक ने इस सड़ते बलते संसार ने की किया है एहोजी केड़ी दान दिती आ ते दास ने बेनती की सी मिया जी लाहौर का मुसलमान सी जी ने फोन किया उत्थे पक्का रहन दिया न्यूयॉर्क विच कहिंदा जी मैनू दसो कि उन्हें की दिता संसार नूं गुरु अर्जन देव साहब ने ते दास ने बेनती की सुखमनी साहब जी जी 24,000 अक्षर 24,000 विश्वास 24 घंटे 24 श्लोक 24 अष्टपदियां 24,000 श्वास सफल करने लई कोई मुसलमान पढ़े ओहदे 24,000 श्वास सफल कोई हिंदू पढ़े ओहदे 24,000 श्वास सफल जदों इतना प्यार नाल कहिंदा गया गुरबाणी दी सिफत करदा गया ते उस मुसलमान दी मैं आप आवाज सुन लिया सन उहने कहा या खुदा जे कदी दुनिया ते सुखमनी साहब सारे लोग पढ़ लग पैणा ते सारी दुनिया ते सिख ही सिख हो जाणा सारे लोग सिखी वाल आ जाणा क्योंकि सुखमनी विच ही आनंद है सुखमनी विच खत्री ब्राह्मण शूद वैश्य अवदेश क्यों वरना को साझा ये गुरु ग्रंथ साहब ऐसे जहाज ने एदे उत्ते ए चढ़ावण लग्या आ मेरे वीर नूं कहिंदा है तू जी तुसी उत्ते आ गए बोलदे कहिंदा वेखो जी जे तो तुसी जोड़े खाने जोड़ा देन लगे हो ते साडे सेवादार ने आख्या होवे तू ब्राह्मण आ तेरा जोड़ा नहीं लैणा फिर ते पाप आ जे लंगर वरतौण अगे आख्या तू हिंदू आ तेनू लंगर नहीं देना फिर पाप आ मगर जिहड़ी गल गुरु दे सिद्धांत दी है कि केस कटने पाप ने ये तो जरूर कहांगे अरे रजनीश नूं किसे ने पुछया एडा एडा दाड़ा क्यों वधाया केस क्यों वधाई ते कहिंदा कमाल दी गल आ इह सवाल ते मैं तेरे उत्ते करना सी कि रब दे दित्ते दाड़े ते केसां नूं तू क्यों कटिया मैं तां उहनूं सांभिया जिहड़ी रब ने चीज दित्ती मैं उहनूं सांभिया इह ते सवाल मैं तेरे उत्ते करदा ओ भलिया रब दी दित्ती निशानी क्यों तोड़ी
ਇਸ ਕਰਕੇ ਗੁਰੂ ਦੇਵ ਸਿੱਖੋ ਗੁਰੂ ਗ੍ਰੰਥ ਸਾਹਿਬ ਇੱਕ ਐਸੇ ਸਮੁੰਦਰ ਨੇ ਜਿਹੜਾ ਇਹਨਾਂ ਚੁਬੀਆਂ ਲਵਗਾ ਵਿੱਚੋਂ ਹੀਰੇ ਮੱਤ ਵਿੱਚ ਰਤਨ ਜਵਾਹਰ ਮਾਨਕ ਦੇ ਇੱਕ ਗੁਰ ਕੀ ਸਿੱਖ ਸੁਣੀ ਮੇਰੀ ਉਹ ਬੱਚੀ ਜਿੱਥੇ ਤੁਸੀਂ ਇੰਨਾ ਆਨੰਦ ਮਾਣਿਆ ਮੈਂ ਦੋ ਤਿੰਨ ਬਚਨ ਆਪ ਜੀ ਨਾਲ ਕਰਨੇ ਵਰਤ ਨਹੀਂ ਰੱਖਣਾ ਕੀ ਨੀ ਕਰਨਾ ਗੁਰਮਤ ਵਿੱਚ ਵਰਤ ਮਾਣਾ ਹੈ ਗੁਰਮਤ ਵਿੱਚ ਵਰਤ ਇੱਕ ਹੈਗਾ ਹੈ ਚੁਗਲੀ ਦਾ ਨਿੰਦਿਆ ਦਾ ਕਹਿੰਦਾ ਜੀ ਆਖੋ ਨਾ ਮੈਂ ਸਾਰੀ ਉਮਰ ਲਈ ਵਰਤ ਰੱਖਿਆ ਇੱਕ ਦਿਨ ਲਈ ਨਾ ਰੱਖੋ ਤੁਸੀਂ ਸਾਲ ਵਿੱਚੋਂ ਇੱਕ ਦਿਨ ਕਿਉਂ ਰੋਟੀ ਬੰਦ ਕਰਦੀਆਂ ਜੀ ਤੁਸੀਂ ਸਾਰੀ ਉਮਰ ਲਈ ਕਹੋ ਮੈਂ ਭੈਣਾ ਵਰਤ ਰੱਖ ਲਿਆ ਕਾਹਦਾ ਭੈਣ ਜੀ ਸੁਰਜੀਤ ਕੌਰ ਜੀ ਕਾਹਦਾ ਵਰਤ ਰੱਖਿਆ ਜੇ ਮੈਂ ਵਰਤ ਰੱਖ ਲਿਆ ਹੁਣ ਮੈਂ ਨਿੰਦਿਆ ਨਹੀਂ ਕਰਿਆ ਕਰਦੀ ਵਰਤ ਰੱਖ ਲਓ ਮੈਂ ਕਿਸੇ ਦਾ ਬੁਰਾ ਨਹੀਂ ਕਰਨਾ ਮੇਰੇ ਵੀਰ ਵਰਤ ਰੱਖ ਲਓ ਅਸੀਂ ਕਿਸੇ ਦਾ ਹੱਕ ਨਹੀਂ ਖਾਣਾ ਮੇਰੇ ਵੀਰ ਵਰਤ ਰੱਖੋ ਅਸੀਂ ਅੱਧੀ ਅੱਧੀ ਰਾਤ ਤੱਕ ਨਹੀਂ ਜਾਗਣਾ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨਾ ਹੈ ਬੰਦਗੀ ਕਰਨੀ ਸਰਬੱਤ ਦਾ ਭਲਾ ਕਰਨਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਤੁਸੀਂ ਸਿੱਖੋ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਪੁੱਤਰ ਬਾਣੀ ਗਾਵਿਆ ਸੁਣਿਆ ਤਿਨਕਾ ਹਰ ਥਾਏ ਹੋਵੇ ਭਾਈ ਜਿਨ ਸਤਿਗੁਰ ਕੀ ਆਗਿਆ ਜੇ ਮੰਨਿਆ ਨੀ ਤੇ ਫਿਰ ਕੁਛ ਵੀ ਨਹੀਂ ਮੰਨਿਆ ਨੀ ਤੇ ਤੁਸੀਂ ਇੱਕ ਸਰੂਪ ਕਰਕੇ ਜਿਸ ਤਰ੍ਹਾਂ ਲੋਕੀ ਹਜ਼ਾਰਾਂ ਸਾਲਾਂ ਤੋਂ ਕੋਈ ਕਬਰਾਂ ਤੇ ਮੱਥੇ ਟੇਕੀ ਜਾਂਦਾ ਕੋਈ ਬੁੱਤਾਂ ਨੂੰ ਮੱਥੇ ਟੇਕੀ ਜਾਂਦਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਪਰਿਕਰਮਾ ਕਰਕੇ ਚਲੇ ਗਏ ਇਹ ਗੁਰਬਾਣੀ ਕਹੇ ਬੋਲੋ ਗੁਰ ਅੱਗੇ ਕੀ ਆ ਸਾਰੇ ਆਖੋ ਸੇਵਕ ਜਨ ਜੋ ਗੁਰਬਾਣੀ ਕਹੇ ਸੇਵਕ ਉਹਨੂੰ ਸੇਵਕ ਮੰਨੇ ਜਿੱਦਣ ਮੰਨੋਗੇ ਸੱਚ ਜਾਣਿਓ ਜਦੋਂ ਇਸ ਅੰਦਰ ਵਿੱਚ ਵੜੋਗੇ ਉਹ ਪ੍ਰਤੱਖ ਬਾਬੇ ਨਾਨਕ ਦੇ ਦੀਦਾਰ ਪ੍ਰਤੱਖ ਗੁਰੂ ਗੋਬਿੰਦ ਸਿੰਘ ਦੇ ਦੀਦਾਰ ਪ੍ਰਤੱਖ ਨਾਵੇਂ ਸਤਿਗੁਰੂ ਦੇ ਦੀਦਾਰ ਪ੍ਰਤੱਖ ਗੁਰੂ ਹਰਕਿਸ਼ਨ ਸਾਹਿਬ ਦੇ ਦਰਬਾਰ ਦੀਦਾਰ ਹੋਣਗੇ ਮਗਰ ਜੇ ਤੁਸੀਂ ਉਹਦੇ ਕਹੇ ਹੋਏ ਵਚਨਾਂ ਨੂੰ ਮੰਨੋਗੇ ਆਹ ਵਚਨ ਸੀ ਕਹਿਓ ਮਾਨ ਲੈ ਮੇਰੂ ਕਮਾਲ ਦੀ ਗੱਲ ਹੈ ਜਿਸ ਤਰ੍ਹਾਂ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਕਹਿੰਦੇ ਪੁੱਤ ਉੱਠ ਪੜ੍ਹ ਮੇਰਾ ਕਿਹਾ ਮਾਲਾ ਪਾਸ ਹੋ ਜਾਏਗਾ ਇਸ ਤਰ੍ਹਾਂ ਮੇਰੇ ਸਾਹਿਬ ਕਹਿੰਦੇ ਹਰ ਜਾ ਸ੍ਰੀ ਮਨਾ ਜੋ ਸੰਗੀ ਹੈ ਤੇਰੋ ਭਾਈ ਅਵਸਰ ਵੀ ਕਿਉਂ ਜਾਤ ਹੈ ਕਹਿਓ ਮਾਨ ਲੈ ਮੇਰੋ ਉਹ ਲਾਣਾ ਚਾਰਿਓ ਜੀ ਸੀਸ ਬਖਸ਼ ਫਿਰ ਕਦੀ ਸਮਾਂ ਜ਼ਿੰਦਗੀ ਚ ਮੇਰੇ ਆਪ ਜੀ ਦੇ ਜੋੜੇ ਕਿਆ ਕੋਈ ਵਿਦਵਾਨ ਨਹੀਂ ਕੋਈ ਵਿਦਵਤਾ ਨਹੀਂ ਮੇਰੇ ਕੋਲ ਮੈਂ ਬਹੁਤਾ ਕੋਈ ਵਿਦਵਾਨ ਹਾਂ ਜਦੋਂ ਆਇਆ ਜਿੱਥੇ ਤੁਸੀਂ ਜੋੜੇ ਲਾਏ ਨੇ ਉੱਥੋਂ ਇੱਕ ਜੋੜਾ ਮੱਥੇ ਨੂੰ ਲਾਇਆ ਉਸ ਮੱਥੇ ਨੂੰ ਲਾਉਣ ਦੇ ਜੋੜੇ ਦੀ ਸ਼ਕਤੀ ਨੇ ਆਹ ਵਚਨ ਮੂੰਹ ਚੋਂ ਕਢਾਉਂਦੇ ਕੋਈ ਕਿਤਾਬ ਪੜ੍ਹ ਕੇ ਨਹੀਂ ਆਉਂਦੇ ਕੋਈ ਗ੍ਰੰਥ ਪੜ੍ਹ ਕੇ ਨਹੀਂ ਆਉਂਦੇ ਤੁਸੀਂ ਵੀ ਜੋੜੇ ਝਾੜੋ ਅਨੰਤ ਸ਼ਕਤੀਆਂ ਮਿਲਣਗੀਆਂ ਗੁਰੂ ਘਰ ਵਿੱਚ ਝਾੜੂ ਮਾਰੋ ਚਾਰ ਪਦਾਰਥ ਜੇ ਕੋ ਮੰਗੇ ਸੇਵਾ ਕਰਿਆ ਕਰੋ ਸਿਮਰਨ ਕਰਿਆ ਕਰੋ ਗੁਰ ਸੇਵਾ ਤੇ ਭਗਤ ਕਮਾਈ ਤਾਵੇ ਮਾਨਸ ਸੁਖੀ ਪ੍ਰਤੀ ਸੁਚੇਤ ਹੋ ਕਬਰਾਂ ਤੇ ਮੱਥੇ ਨਾ ਟੇਕੋ ਦੀਵੇ ਨਾ ਬਾਲੋ ਪਿੱਪਲਾਂ ਨੂੰ ਧਾਗੇ ਨਾ ਬੰਨੋ ਕੇਵਲ ਪੂਜੋ ਰਾਮ ਜੀ ਕੀ ਦੇਵਾ ਇੱਕ ਅਕਾਲ ਪੁਰਖ ਸਤਿਗੁਰੂ ਦੀ ਸੇਵਾ ਵਿੱਚ ਲੱਗੋ ਆਦਮ ਤੇ ਕੇ ਅਵਤਾਰਾ ਸੋਈ ਗੁਰੂ ਸਭੇ ਵਪਾਰਾ ਆਪਣੇ ਦਾਸ ਦੀਆਂ ਭੁੱਲਾਣਾ ਚਤਾਰਨੀਆਂ ਅਸੀਸ ਬਖਸ਼ਿਓ ਕਦੀ ਫਿਰ ਗੁਰੂ ਗ੍ਰੰਥ ਸਾਹਿਬ ਉਦਮ ਬਖਸ਼ਣ ਤੁਹਾਡੇ ਸਾਕਸ਼ਤ ਮੈਂ ਕੇ ਜੋੜੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਬਖਸ਼ਿਸ਼ ਭੇਟ ਕਰਨਗੇ ਬਾਬਾ ਹਰਬੰਸ ਸਿੰਘ ਜੀ ਰਵਾਲੋ ਵਾਲਿਆਂ ਨੂੰ ਬੇਨਤੀ ਹੈ ਕਿ ਸੰਗਤ ਸਾਹਮਣੇ ਆ ਕੇ ਸੰਗਤ ਵੱਲੋਂ ਬਖਸ਼ਿਸ਼ ਹਾਸਲ ਕਰਨ ਸੰਗਤ ਵੱਲੋਂ ਸਿਰੋਪਾ ਉਹਨਾਂ ਲਈ ਵੀ ਹਾਜ਼ਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਬੇਨਤੀ ਹੈ ਕਿ ਸਾਧ ਸੰਗਤ ਜੀ ਜਿੱਥੇ ਆਪ
दो डेढ़ घंटा बैठे हो, दस मिनट कोई फर्क नहीं पैन लग्या, अरदास भी श्यामल होके प्रसाद लेके जाने की कृपालता करो। फिर आज लंगर बने संगत वास्ते, सो आप समूह संगत बेनती के पातशाही दसवीं प्रथम भावती सिमरका गुरु नानक लाई दिहाई फिर गुरु ते अमरदास रामदास होई सहाय अर्जन हर गोविंद सिमराओ श्री हराय श्री हर शांति आईया जय जठी साधुक जाय तेग बहादुर सिमरिया करण उठदियाय भाई सत्थान सहाय दसवें पातशाह साहब श्री गुरु गोविंद सिंह महाराज पंथ दिवाली अमृत दे दाता लो प्रो सत्थान सहाय दस पासे जो साहब श्री गुरु ग्रंथ साहिब पाठ दर्शन दिदारण दा ध्यान रखासे सै बोलने श्री पंजाब प्यारिया चहु साहब जादिया चाली मुक्तिया हठिया जपिया तपिया नाम जपिया वंड की सकिया दी चलाई तेग वाही देख सुन कंड सीता तिना प्यारिया सचारा दी कमाई दा ध्यान बोलने श्री जना सिंह सिंगणिया ने धर्मे सी दत्ते बनटाई खोपरिया नहैया चखिया तीजड़ी आर्या नाल चराई गई गुरुद्वारे सी वाली कुर्बानियां कीतियां धर्म निहारिया सिखी कैसा सवासा संग निभाया तिना दी कमाई दा ध्यान बोलना जी पंजा तख्ता सरबात गुरुद्वारा दा ध्यान बोलना जी सरबत खालसा जी की अरदास है जी सरबत खालसा जी को जहां जहां गुरु खालसा जी साहे तहां तहां चारा दीते फतेह गुरु की पै पंथ की जी श्री सहल सहाय खालसा जी की बोल वाले बोलने श्री सिखान सिखी दान कीस्तान पवित्र दान साधान रहदान दाना सेरदान नाम दान श्री अमृतसर जी के दर्शन स्नान सरबार गुरुद्वारा दे दर्शन स्नान चमकिया झंडे गुंगे जुगो जुग अटल धर्म का जयकार बोल श्री सिखा दा मानेवा मत उच्चे मत पात दा रखा अकाल पुरख अंतर जावर जेह अपने पंथी सदा सहायता तार जियो श्री ननकाणा साहब तेर गुरधाम जिना तो गुरु पादन छोड़िया गया तिना दे खुले दर्शन दीदार सेवा संभाल दा दान अपने खालसा नु सिकरो दा तार जियो हेलमान दे मान ताणिया तान न्योटिया दे और सतगुरु पार ब्रह्म परमेश्वर अवतार तन तन धन साहिब श्री गुरु नानक देव जी महाराज जी तन तन धन साहिब श्री गुरु तेग बहादुर महाराज जी तन तन धन साहिब श्री गुरु गोविंद सिंह महाराज जी तन तन धन जबर तख्त मालक साहिब श्री गुरु ग्रंथ साहिब महाराज जी पवित्र चरण कमलां विखे अरदास बेनती है पावन पवित्र हजूरी विखे राती दे दीवान सजे सजे हुए दीवान दी विचाय महान कृपालता द्वारा इलाही गुरबाण दी कीर्तन श्री नानक प्रकाश दी कथा विचार उपरंत इतिहास दी कथा विचारो ही अंदा तय बख्शिश करने पढ़ी सुनी गुरबाणी कीर्तन कथा विचार दा महत्व फल आईया संगता हृदय सौनाए दरदे कदम लेखे लाने समूह संगतां दीआं भेटां हाजरियां दाते प्रण करनियां दाताई कृपा करनी गुरमत समागम समूह संगतां हृदय सौन दी कृपालता करनी बख्शिश करने अपने प्यार समूह संगतां नूं अपने चरण कमलां दा प्यार गुरसिखी नाम सिमरन सुनने दिन त्रेम दी दात बख्शिश करनी अंग संग साहिब दी सहायता बख्शिश करनी पावन पवित्र हजूरी विखे इस महान गुरु समागम संगता हाजरियां पर दे तेल फुल माया भेटा हाज कर दे समूह संगता दियां भेटा हाजरियां धरती प्रण करनियां साधना दे कार्य रास करने कर्त कमाई जवाद अवश्य करना दाते कृपा करनी जना जना गुरु प्रेमिया उन दाते समहान सेवा हिस्सा पा दाते आप सबना नाम जान जान हो साधना दिया पीटा हाजरिया दाते प्रण करने दाते कृपा करने अपने प्यार वाली समूह संगता नगी वास्ते इस तरह पावन दरबार विखे हाजरिया परंदा वर्ष करना गुरसिखे दात वर्ष करने सुगुणा दात वर्ष करने दाताई पावन पवित्र हाजरी विखे छे पौड़े अनुसार पाठ जी के अरदास सखर वाल काट भुलच माफ करनी पावन पवित्र हजूरी विखे गुरु परिवार वालों
कृपा करो पवित्र हुक्मना वासी किरदार करना करो निहाल करो सही प्यारे ने जना मिले आप पिता पवित्र नाम चिरदा विनान श्री वाहे गुरु साहेब जीओ बाणी गुरु गुरु है बाणी मिच बाणी अमृत सारी गुरबाणी कह सेवक जन मन परताख गुरु निस्ता स्वामी को प्राण नानक बंधन छो
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਪਿਆਰੇ ਸਾਧ ਸਿੰਘ ਜੀ, ਆਪ ਭਾਗੇ ਹੋ ਜੋ ਕਿ ਕੱਲ ਅਤੇ ਅੱਜ ਦੋ ਦਿਨਾਂ ਦਾ ਜੋ ਕਿ ਇੱਥੇ ਕੁਛ ਗੁਰੂ ਪ੍ਰੇਮੀਆਂ ਵੱਲੋਂ ਮਹਾਨ ਉਦਮ ਉਪਰਾਲਾ ਕੀਤਾ ਗਿਆ ਹੈ, ਪਾਵਨ ਸਥਾਨ ਗੁਰਦੁਆਰਾ ਸਤਸੰਗ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਾਏ ਗਏ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ 300 ਸਾਲਾ ਗੁਰੂ ਤਖ਼ਤ ਦੀ ਸੰਬੰਧ ਵਿੱਚ, ਸੋ ਆਪ ਭਾਗੇ ਹੋ ਜੋ ਕਿ ਪਾਵਨ ਦਰਬਾਰ ਵਿਖੇ ਤਿੰਨ ਦੋ ਦਿਨ ਤੋਂ ਲਗਾਤਾਰ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਮਹਾਰਾਜ ਆਪ ਜੀ ਨੂੰ ਬਖਸ਼ਿਸ਼ ਕਰੇ। ਅੱਗੇ ਵਾਸਤੇ ਪਾਵਨ ਦਰਬਾਰ ਵਿਖੇ ਇਸੇ ਤਰ੍ਹਾਂ ਹੀ ਗੁਰਮਤਿ ਸਮਾਗਮ ਹੁੰਦੇ ਰਹਿਣ ਅਤੇ ਆਪ ਜੀ ਨੂੰ ਬੇਨਤੀ ਹੈ ਜੋ ਕਿ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਖਾਲਸਾ ਨੇ ਆਪ ਜੀ ਨੂੰ ਵਚਨ ਕੀਤੇ ਹੈ, ਕੇਸਾਂ ਦੀ ਵਿਅਦਵੀ ਵਾਸਤੇ ਹੋਰ ਕਈ ਤਰ੍ਹਾਂ ਦੇ ਗੁਰਮਤਾਂ ਵਾਸਤੇ ਆਪ ਜੀ ਉਹਨਾਂ ਦੇ ਧਾਰਨੀ ਬਣਨਾ ਹੈ। ਅੱਜ ਪਾਵਨ ਦਰਬਾਰ ਤੋਂ ਇਹ ਮਨ ਬਣਾ ਕੇ ਜਾਣਾ ਹੈ, ਜਿਹੜੇ ਪ੍ਰੇਮੀ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ, ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕੀਤੀ, ਉਹ ਆਪਣੇ ਮਨ ਨੂੰ ਪੱਕਾ ਕਰਕੇ ਜਾਣ ਅੱਜ ਕਿ ਜਿੱਥੇ ਵੀ ਕਿਤੇ ਤੁਹਾਡੇ ਨੇੜੇ ਤੇੜੇ ਅੰਮ੍ਰਿਤ ਸੰਚਾਰ ਹੋਵੇ, ਆਪ ਜੀ ਨੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਜ਼ਰੂਰ ਬਣਨਾ ਹੈ। ਆਪ ਜੀ ਨੇ ਨਿਗੋਰੇ ਨਹੀਂ ਰਹਿਣਾ, ਗੁਰਬਾਣੀ ਸਾਰ ਨਿਗੋਰੇ ਦਾ ਹੈ ਨਾਉ ਪੁਰਾ, ਜਿੰਨਾ ਚਿਰ ਆਪ ਜੀ ਗੁਰੂ ਵਾਲੇ ਨਹੀਂ ਬਣਦੇ ਅੰਮ੍ਰਿਤ ਛੱਕ ਕੇ ਉਹਨਾਂ ਚ ਨਿਗੋਰੇ ਹੈ, ਸੋ ਆਪ ਜੀ ਨੇ ਨਿਗੋਰੇ ਨਹੀਂ ਰਹਿਣੇ। ਇਹਨਾਂ ਸਮਾਗਮਾਂ ਤੋਂ ਆਪ ਜੀ ਨੂੰ ਇਹ ਲਾਭ ਲੈਣੇ ਚਾਹੀਦੇ ਹਨ। ਸੋ ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕਿ ਪਾਵਨ ਦਰਬਾਰ ਵਿਖੇ ਹਾਜ਼ਰੀਆਂ ਭਰੀਆਂ ਹਨ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਲੈਣ ਉਪਰੰਤ ਬਾਹਰ ਖੀਰ ਦੇ ਲੰਗਰ ਚੱਲ ਰਹੇ ਹਨ। ਸੋ ਆਪ ਸਮੂਹ ਸੰਗਤਾਂ ਖੀਰ ਦੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨ। ਕੁਝ ਸੇਵਾਦਾਰਾਂ ਬੇਨਤੀ ਹੈ ਕਿ ਉਹ ਵਰਤਾ ਪ੍ਰਸ਼ਾਦ ਵਰਤਾਉਣ ਦੀ ਸੇਵਾ ਕਰਨ ਦੀ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਕੀਰਤਨ ਸਹਿਲਾ ਸਹਿਲਾ ਰੋਣੀ ਮਹਲਾ ਪਹਿਲਾ ਇੱਕ ਓਂਕਾਰ।